ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਵੀ ਮੀਟਰ ਬੈਂਡ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ 10:50 ਹੋਣ ਵਾਲੇ ਨੇ। ਹੁਣ ਅਸੀਂ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ ਨਾਲ ਗੱਲਬਾਤ ਕਰਾਂਗੇ। ਤੁਸੀਂ ਗੱਲਬਾਤ ਦੇ ਵਿੱਚ ਸ਼ਾਮਿਲ ਹੋਣਾ ਚਾਹੋ, ਨੰਬਰ ਰਹੇਗਾ 905-800-1320-9058-131-3200। ਤੁਸੀਂ ਲੋਕਲ ਨੰਬਰਾਂ 'ਤੇ ਸੁਣਦੇ ਹੋ, ਬਹੁਤ ਬਹੁਤ ਧੰਨਵਾਦ। ਬਰਾਏ ਕਰਮ ਬਰਾਏ ਮਿਹਰਬਾਨੀ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਆ ਕਰੋ। ਯੂਟਿਊਬ ਫੇਸਬੁੱਕ ਰਾਹੀਂ ਸੁਣ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਓ, ਬੈਲ ਬਟਨ ਔਨ ਕਰ ਲਓ ਤਾਂ ਕਿ ਤੁਹਾਨੂੰ ਪ੍ਰੋਗਰਾਮ ਜਦੋਂ ਅਸੀਂ ਪੱਟੀ ਸਾਹਿਬ ਨਾਲ ਗੱਲਬਾਤ ਕਰੀਏ ਬੈਲ ਖੜਕ ਜਾਵੇ, ਤੁਸੀਂ ਸਾਡੇ ਨਾਲ ਜੁੜ ਜਾਓ। ਲੋਕਲ ਨੰਬਰ ਨੇ 647-1320 ਅਤੇ ਅਮੈਰੀਕਾ ਦੇ ਵਿੱਚ 641-741-1919। ਪੀਜ਼ਾ ਮਸ਼ੀਨ ਜੋ ਸਾਡੇ ਪ੍ਰਾਊਡ ਸਪੋਂਸਰਾਂ ਦੇ ਵਿੱਚ ਸ਼ਾਮਿਲ ਨੇ, ਉਹਨਾਂ ਦੀ ਰੇਲਾਸਨ ਅਤੇ ਮਿਕਲੋਗਲਨ ਵਾਲੀ ਜਿਹੜੀ ਬ੍ਰਾਂਚ ਹੈ ਓਨਲੀ ਨੋਟ ਕੀਤਾ ਜਾਵੇ, ਰੇਲਾਸਨ ਅਤੇ ਮਿਕਲੋਗਲਨ ਵਾਲੀ ਬ੍ਰਾਂਚ ਦੇ ਉੱਤੇ। ਇਹ ਸਾਰਾ ਹਫ਼ਤਾ 2 ਲਾਰਜ ਪੀਜ਼ਾ ਵਿਦ 3 ਟੋਪਿੰਗ ਈਚ ਕੈਸ਼ ਡੀਲ ਤੁਹਾਨੂੰ $20 ਦੀ ਮਿਲੇਗੀ। ਵੈਸੇ $25 ਦੀ, ਪਰੰਤੂ ਇਸ ਬ੍ਰਾਂਚ 'ਤੇ ਓਨਲੀ ਦਿਸ ਵੀਕ, ਓਨਲੀ ਐਂਡ ਓਨਲੀ ਦਿਸ ਵੀਕ $20 ਦੇ ਵਿੱਚ 2 ਲਾਰਜ ਪੀਜ਼ੇ ਵਿਦ 3 ਟੋਪਿੰਗ, ਮੰਡੇ ਹੋਵੇ ਚਾਹੇ ਸੰਡੇ, ਤੁਸੀਂ ਪਿੱਕ ਕਰ ਸਕਦੇ ਹੋ। ਨਾ ਅਜਿਹੀ ਡੀਲ ਮਿਲੀ ਹੈ ਨਾ ਮਿਲਣੀ ਹੈ ਇਸ ਮਹਿੰਗਾਈ ਦੀ ਰੁੱਤ ਦੇ ਵਿੱਚ। $20 ਦੇ ਵਿੱਚ 2 ਲਾਰਜ ਪੀਜ਼ਾ ਵਿਦ 3 ਟੋਪਿੰਗ ਈਚ। ਨੰਬਰ ਟੂ ਕਾਲ ਇਹ ਸਿਰਫ ਅਤੇ ਸਿਰਫ 373 ਸਟੀਲ ਅਤੇ ਮਿਕਲੋਗਲਨ, ਰੇਲਾਸਨ ਮਿਕਲੋਗਲਨ, ਗਹੀਰਲਾ ਆਫਿਸ ਵਾਲੇ ਪਲਾਜੇ ਦੀ ਬ੍ਰਾਂਚ ਵੱਲੋਂ ਹੀ ਫੈਸਲਾ ਹੈ। ਸੋ ਨੰਬਰ ਟੂ ਕਾਲ 905-490-1222, 905-490-1222। ਯਾਦ ਰਹੇ ਨੰਬਰ ਇੱਕੋ ਹੀ ਹੈ, ਪਰੰਤੂ ਇਹ ਡੀਲ $20 ਦੀ ਰੇਲਾਸਨ ਅਤੇ ਮਿਕਲੋਗਲਨ ਵਾਲੀ ਬ੍ਰਾਂਚ ਤੋਂ ਹੀ ਮਿਲੇਗੀ, ਇਹ ਪਲੀਜ਼ ਨੋਟ ਕੀਤਾ ਜਾਵੇ। ਪਟੇ ਸਾਹਿਬ ਵੈਲਕਮ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਵੱਲੋਂ ਵੀ, ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਪਟੇ ਸਾਹਿਬ, ਕੱਲ ਆਪਾਂ ਗੱਲ ਕਰਨੀ ਸੀ ਵੀਰ ਖੇੜਾ ਸਾਹਿਬ ਦੀ। ਹਾਂਜੀ, ਚਲੋ ਜੇਲ੍ਹ ਦੇ ਵਿੱਚ ਸਨ, ਉਹ ਅੰਦਰ ਬਹੁਤ ਸਾਰੀਆਂ ਖਬਰਾਂ ਮਿਲਦੀਆਂ ਹੋਣਗੀਆਂ, ਅਖਬਾਰਾਂ ਪੜ੍ਹਨ ਨੂੰ ਮਿਲਦੀਆਂ ਹੋਣਗੀਆਂ, ਬਹੁਤ ਸਾਰੀ ਇਨਫੋਰਮੇਸ਼ਨ ਇਹੋ ਜਿਹੀ ਜਾਂਦੀ ਹੋਊਗੀ ਜਿਹੜੀ ਹੋ ਸਕਦਾ ਕਿ ਉਹਨਾਂ ਦੇ ਮਨ ਦੇ ਵਿੱਚ ਉਹਦੀ ਸਾਖ ਪਈ ਹੋਵੇ। ਜਸਵੀਰ ਸਿੰਘ ਰੋਡੇ ਹੁਣਾਂ ਦਾ ਤਾਂ ਚਲੋ ਮੰਨ ਲਿਆ, ਸਰਦਾਰ ਸਿਮਰਜੀਤ ਸਿੰਘ ਮਾਨ ਹੁਣਾਂ ਦਾ ਵੀ ਉਹਨਾਂ ਨੇ ਨਾਂ ਲੈ ਕੇ ਕਾਫੀ ਪਾਣੀ ਪੀ ਪੀ ਕੇ ਕੋਸਿਆ ਰੱਖੜ ਪੁੰਨਿਆਂ ਦੇ ਉੱਤੇ, ਔਰ ਪਤਾ ਲੱਗਾ ਕਿ ਇਹਨਾਂ ਦੀ ਤਸਵੀਰ ਵੀ ਭਾਈ ਅੰਮ੍ਰਿਤਪਾਲ ਹੁਣਾਂ ਦੇ ਖੇਮੇ ਨੇ ਲਾਈ ਸੀ। ਇੱਕੋ ਪਿੰਡ ਦੇ ਨੇ, 5-6 ਘਰ ਛੱਡ ਕੇ ਇਹਨਾਂ ਦਾ ਘਰ ਹੈ। ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲ ਝੁਕਾਅ ਵੇਖਿਆ ਗਿਆ ਹੈ, ਕੀ ਲੱਗਦਾ ਤੁਹਾਨੂੰ ਇਹਦੇ ਬਾਰੇ, ਕੀ ਕਹਿਣਾ ਚਾਹੋਗੇ? ਕਿਉਂਕਿ ਇਹ ਕੱਲ੍ਹ ਸਾਡੀ ਗੱਲ ਰਹਿ ਗਈ ਸੀ, ਬਹੁਤ ਸਾਰੇ ਵੀਰਾਂ ਦੇ ਫੋਨ ਕਾਲਸ ਆਏ ਕਿ ਅਸੀਂ ਸੁਣਨਾ ਸੀਗਾ, ਨਹੀਂ ਸੁਣ ਸਕੇ। ਸੋ ਪਹਿਲਾਂ ਮੇਰਾ ਕੁਐਸਚਨ ਹੈ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਜਿਹੜੀ ਗੱਲ ਭਾਈ ਗੁਰਦੀਪ ਸਿੰਘ ਖੇੜਾ ਦੀ ਗੱਲ, ਇਹਦੇ ਵਿੱਚ ਕੋਈ ਦੋਰਾ ਮੰਨੀ ਵੀ ਜਿਹੜੇ ਇਹੋ ਜਿਹੇ ਬੰਦੀ ਸਿੰਘ ਨੇ ਉਹਨਾਂ ਦੀ ਸਾਰ ਕਿਸੇ ਬਹੁਤੀ ਨਹੀਂ ਲਈ ਜੀ। ਅੱਜ ਦੀ ਡੇਟ ਦੇ ਵਿੱਚ ਵੀ ਵੇਖੋ ਜਿਹੜਾ ਬੰਦਾ ਤੇ ਅਕਾਲੀ ਦਲ ਦੇ ਹੱਕ ਚ ਬੋਲਦਾ, ਅਕਾਲੀ ਦਲ ਉਹਦੀ ਸਿਸਟਮ ਤੋਂ ਨਾਮ ਹੀ ਲੈਂਦਾ। ਭਾਈ ਬਲਵੰਤ ਸਿੰਘ ਰਾਜੂ ਵਾਲੇ ਦਾ ਨਾਂ ਲਿਆ ਜਾਂਦਾ, ਕਦੀ ਜਗਤਾਰ ਸਿੰਘ ਹਵਾਲੇ ਦਾ ਨਾਂ ਲਿਆ, ਜਗਤਾਰ ਸਿੰਘ ਤਾਰੇ ਦਾ ਲਿਆ, ਪਰਮਜੀਤ ਭੁੱਲਾ ਦਾ ਲਿਆ, ਕਦੀ ਨੀ ਕਿਸੇ ਨਾਲ ਲਿਆ। ਜਿਹੜਾ ਤੇ ਉਹਨਾਂ ਦੀ ਸਿਫਤ ਕਰਦਾ, ਉਹਨਾਂ ਦੇ ਹੱਕ ਚ ਖਲੋਂਦਾ, ਉਹਨਾਂ ਦੇ ਕਹਿਣ ਤੇ ਵੋਟਾਂ ਪਾਉਣ ਦੀ ਅਪੀਲ ਕਰਦਾ, ਉਹਦੇ ਚ ਹੱਕ ਚ ਬੋਲਦੇ ਹੋ, ਬਾਕੀਆਂ ਦਾ ਉਹ ਵੀ ਕੋਈ ਪੱਲਾ ਨੀ ਫੜਦੇ। ਹੁਣ ਜਿਹੜੇ ਭਾਈ ਖੇੜਾ ਨੇ ਉਹਨਾਂ ਨੇ ਕੱਲ ਇਹ ਗੱਲ ਕਹੀ ਸੀਗੀ ਕਿ ਮੈਂ 2016 ਤੱਕ ਬਿਨਾਂ ਕਰਨਾਟਕਾ ਦੀ ਜੇਲ੍ਹ ਰਿਹਾ,
ਇਹਨਾਂ ਦੇ ਦੋ ਕੇਸ ਬਣੇ ਸੀ ਹੋਰ ਉਹਦੇ ਤੋਂ ਬਰੀ ਹੋ ਗਏ ਸੀ, ਲੇਕਿਨ ਬਕਾਇਦਾ ਤੌਰ ਤੇ ਜਿਹੜਾ ਕੇਸ ਇਹਨਾਂ ਤੇ ਟਾਡਾ ਦਾ ਬਣੇ ਸੀ ਦੋ, ਉਹ ਚ ਇਹਨਾਂ ਨੂੰ ਸਜ਼ਾ ਹੋਈ ਸੀ ਟਾਡਾ ਦੇ ਕੇਸ। ਹੁਣ ਇਹ ਉੱਥੇ ਜੇਲ੍ਹ ਦੇ ਵਿੱਚ ਸਨ ਤੇ ਜੇਲ੍ਹ ਤੋਂ ਬਾਅਦ ਜਦੋਂ ਬਕਾਇਦਾ ਤੌਰ ਤੇ ਇਹ ਇੱਥੋਂ ਲੈ ਕੇ ਆਉਂਦੇ ਤੇ ਇਹ ਕਹਿੰਦੇ ਕਿ ਮੈਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਲੈ ਕੇ ਆਏ ਨੇ। ਠੀਕ ਹੈ, ਲੈ ਕੇ ਆਏ ਹੁੰਦੀ ਕੋਈ ਗੱਲ ਨੀ, ਲੇਕਿਨ ਜਿਹੜੇ ਜਸਬੀਰ ਸਿੰਘ ਰੋਡੇ ਕਹਿੰਦੇ ਵੀ ਭਾਈ ਗੁਰਦੀਪ ਸਿੰਘ ਖੇੜਾ ਜਿਹੜਾ ਉਹ ਦੂਸਰਿਆਂ ਦੀਆਂ ਉਂਗਲਾਂ ਤੇ ਨੱਚ ਰਿਹਾ ਤੇ ਸੁਖਬੀਰ ਸਿੰਘ ਬਾਦਲ ਇਹ ਸੋਚ ਲਏ ਵੀ ਉਹ ਖੇੜਾ ਨੂੰ ਵਰਤ ਕੇ ਜਿਹੜਾ ਵਾ ਆਪਣੇ ਜਿਹੜੇ ਧੋਣੇ ਆ ਆਪਣੇ ਗੁਨਾਹ ਧੋ ਨਹੀਂ ਸਕਦਾ। ਉਹ ਕਹਿੰਦੇ ਗੁਰਦੀਪ ਸਿੰਘ ਖੇੜਾ ਨੂੰ ਤੁਸੀਂ ਇਹ ਪੁੱਛ ਲਓ ਵੀ ਤੈਨੂੰ ਲੈ ਕੇ ਕੌਣ ਆਇਆ ਸੀ, ਮੈਂ ਤੇ ਗੁਰਦੀਪ ਸਿੰਘ ਬਠਿੰਡਾ ਬਕਾਇਦਾ ਤੌਰ ਤੇ ਉੱਥੋਂ ਦੀ ਸਰਕਾਰ ਨਾਲ ਕਾਰਸਪੋਂਡੈਂਸ ਵੀ ਕਰਦੇ ਤੇ ਉਹਨਾਂ ਨੂੰ ਜਾ ਕੇ ਮਿਲਦੇ ਵੀ ਰਹੇ ਤੇ ਮਿਲ ਕੇ ਅਸੀਂ ਇਹਨੂੰ ਜਿਹੜਾ ਅਸੀਂ ਪੰਜਾਬ ਸ਼ਿਫਟ ਕਰਾਇਆ। ਉਸ ਤੋਂ ਬਾਅਦ ਅਸੀਂ ਇਹਨਾਂ ਦੇ ਫਾਦਰ ਦੀ ਬਾਈਪਾਸ, ਫਾਦਰ ਬਿਮਾਰ ਹੋ ਗਏ, ਉਹਨਾਂ ਦੀ ਬਾਈਪਾਸ ਸਰਜਰੀ ਹੋਣੀ ਸੀ, ਅਸੀਂ ਬਕਾਇਦਾ ਤੌਰ ਤੇ ਉਹ ਕਰਵਾਈ ਤੇ ਜਦੋਂ ਇਹਨਾਂ ਨੂੰ ਅਟੈਕ ਆਇਆ ਤੇ ਇਹਨਾਂ ਦੀ ਬਾਈਪਾਸੀ ਵਿੱਚ ਜਿਹੜਾ ਸੀ ਸ਼ਮੂਲੀਅਤ ਕੀਤੀ ਵੀ ਇਹਨਾਂ ਨੂੰ ਕੋਈ ਦਿੱਕਤ ਨਾ ਆਵੇ। ਅਸੀਂ ਹੋਰ ਕੀ ਕਰ ਸਕਦੇ ਸੀ, ਗੁਨਾਹ ਫਿਰ ਕੀ ਕਰ ਦਿੱਤਾ, ਦੱਸਣ ਨੂੰ ਅਸੀਂ ਗੁਨਾਹ ਕੀਤਾ, ਲੇਕਿਨ ਜਿਹੜੇ ਭਾਈ ਹੈਗੇ ਨੇ ਸਾਡੇ ਬਕਾਇਦਾ ਤੌਰ ਤੇ ਗੁਰਦੀਪ ਸਿੰਘ ਕਿਹੜਾ ਉਹ ਮਤਲਬ ਕਿਸੇ ਦੇ ਇਸ਼ਾਰਿਆਂ ਤੇ ਬੋਲ ਰਹੇ ਨੇ, ਉਹ ਆਪ ਨੀ ਕੋਈ ਗੱਲ ਕਰ ਸਕਦੇ। ਪਹਿਲਾਂ ਤੇ ਮੇਰੀਆਂ ਸ਼ਿਫਤਾਂ ਕਹਿੰਦਾ 2008 ਚ ਤੁਸੀਂ ਦੋ ਇੰਟਰਵਿਊ ਕੱਢ ਲਓ, ਸ਼ਿਫਤਾਂ ਕੀਤੀਆਂ ਇਹਨਾਂ ਨੇ, ਭਾਈ ਜਸਬੀਰ ਸਿੰਘ ਰੋਡੇ ਮੇਰੀ ਮਦਦ ਕਰ ਰਹੇ ਨੇ, ਮੇਰੇ ਪਰਿਵਾਰ ਦੀ ਮਦਦ ਕਰ ਰਹੇ ਨੇ। ਹੁਣ ਇਹ ਦੱਸ ਦੇਣ ਵੀ ਉਹ ਇੰਟਰਵਿਊ ਠੀਕ ਸੀ ਕਿ ਅੱਜ ਉਹਨੇ ਠੀਕ ਨਾ ਕੀਤੀ। ਹੁਣ ਜਿਸ ਤਰੀਕੇ ਨਾਲ 37-36 ਮਿੰਟ ਈਵਨ ਦੇ ਤੌਰ ਤੇ ਜਿਹੜੇ ਸਾਡੇ ਪ੍ਰਧਾਨ ਸਨ ਸਰਦਾਰ ਸੁਖਬੀਰ ਸਿੰਘ ਬਾਦਲ, ਉਹ ਵੀ 25 ਮਿੰਟ ਬੋਲੇ ਆ, ਇਹਨਾਂ ਨੂੰ 37-36 ਮਿੰਟ ਕਿਵੇਂ ਦੇ ਉੱਤੇ ਬੋਲਣ ਵਾਸਤੇ ਤੁਸੀਂ ਗਾਲਾਂ ਜਿਹੀਆਂ ਕੱਢੇ, ਕੱਢ ਲਓ ਤੁਸੀਂ। ਇਹੀ ਗੱਲ ਬਕਾਇਦਾ ਤੌਰ ਤੇ ਤਰਸੇਮ ਸਿੰਘ ਜਿਹੜੇ ਨੇ, ਤਰਸੇਮ ਸਿੰਘ ਭਾਈ ਅੰਮ੍ਰਿਤਪਾਲ ਸਿੰਘ ਦੇ ਫਾਦਰ, ਉਹਨਾਂ ਕਿਹਾ ਜੀ ਸਾਨੂੰ ਨੀ ਪਤਾ, ਅਸੀਂ ਉਹਦੇ ਬਿਲਕੁਲ ਖਿਲਾਫ਼ ਨੀ, ਅਸੀਂ ਫੋਟੋ ਵੀ ਲਾਈ, ਅਸੀਂ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਆ। ਹੁਣ ਭਾਈ ਜਿਹੜੇ ਸਾਡੇ ਹੈਗੇ ਨੇ ਗੁਰਦੀਪ ਸਿੰਘ ਖੇੜਾ, ਉਹ 9 ਬੰਦੀ ਸਿੰਘ ਕਹਿੰਦੇ ਆਪਣੇ ਸਮੇਤ, 7 ਬੰਦੀ ਸਿੰਘ ਤੇ ਉਹ ਨੇ ਜਿਹੜੇ ਬਕਾਇਦਾ ਤੌਰ ਤੇ ਭਾਈ ਅਭਿਆਨ ਸਿੰਘ ਕਤਲਕਾਂਡ ਦੇ ਵਿੱਚ ਨੇ, ਭਾਈ ਰਾਜੋਆਣਾ, ਹਵਾਰਾ, ਤਾਰਾ, ਧਿਓਰਾ, ਲਖਵਿੰਦਰ, ਸ਼ਮਸ਼ੇਰ ਤੇ ਗੁਰਮੀਤ, 7 ਹੀ ਕਹਿੰਦੇ। 8ਵਾਂ ਮੈਂ ਤੇ 9ਵਾਂ ਦਵਿੰਦਰਪਾਲ ਸਿੰਘ ਭੁੱਲਰ, ਬਾਕੀ ਕੋਈ ਬੰਦੀ ਬੁੰਦੀ ਸਿੰਘ ਕੋਈ ਨੀ ਹੈਗਾ, ਉਹਨਾਂ ਦੇ ਸ਼ਬਦ ਨੇ ਮੈਂ ਨੀ ਕਹਿ ਰਿਹਾ। ਉਹਨੇ ਕਿਹਾ 9 ਬੰਦੀ ਸਿੰਘ ਨੇ, ਇਹਨਾਂ ਸਾਡੇ ਵਾਸਤੇ ਕੀਤਾ ਕਿ ਜੋ ਕੀਤਾ ਉਹ ਕਹਿੰਦੇ ਬਾਦਲਾਂ ਨੂੰ, ਬਾਦਲ ਸਾਹਿਬ ਨੇ ਕੀਤਾ। ਉਹ ਵੀ ਗੱਲ ਕਹਿੰਦੇ ਵੀ ਮੈਨੂੰ ਮੇਰੀ ਘਰ ਵਾਲੀ ਨੂੰ ਜਦੋਂ ਮੈਂ 2016 ਦੀ ਸ਼ਾਦੀ ਕਰਾਈ ਆ ਤੇ ਮੇਰੀ ਘਰ ਵਾਲੀ ਨੂੰ ਬਾਅਦ ਚ ਮੈਂ ਜੇਲ੍ਹ ਚਲੇ ਜਾਂਦਾ ਤੇ ਫੋਨ ਆਉਂਦਾ ਮਨਜਿੰਦਰ ਸਿੰਘ ਸਿਰਸੇ ਦਾ ਕਿ ਮੈਂ ਅਸੀਂ ਗੱਲ ਕਰਨੀ ਚਾਹੁੰਦੇ। ਉਹ ਕਹਿੰਦੇ ਕਰ ਲਓ ਜਾ ਕੇ ਜੇਲ੍ਹ ਚ ਬੈਠਾ। ਮੁੜ ਕੇ ਉਸ ਤੋਂ ਬਾਅਦ ਜਦੋਂ ਮੈਂ ਆਉਂਦਾ ਤੇ ਮੈਨੂੰ ਫੋਨ ਇਹ ਕਰਦਾ ਵਾ ਜੇਲ੍ਹ ਚ ਮੈਨੂੰ ਮਿਲਦਾ, ਬਸ ਫੋਨ ਕਰਦਾ ਜਿਵੇਂ ਮਿਲਣਾ ਚਾਹੁੰਦਾ, ਕਾਹਦੇ ਵਾਸਤੇ ਮਿਲਣਾ, ਤੈਨੂੰ ਤੇ ਪ੍ਰਧਾਨ ਮੰਤਰੀ ਆਪਣੇ ਦਫ਼ਤਰ ਹੀ ਵੜਦਾ, ਤੂੰ ਸਾਡਾ ਕੀ ਸਵਾਰ ਦੇਂਦਾ, ਤੂੰ ਕਾਹਦੇ ਵਾਸਤੇ ਮਿਲਣਾ। ਇਹੀ ਗੱਲ ਹੋਊਗੀ ਮੋਦੀ ਸਿੰਘ ਸਪੋਰਟ ਕਰਨੀ ਹੈ, ਅਸੀਂ ਕਿਸੇ ਦੀ ਸਪੋਰਟ ਨਹੀਂ ਕਰਨੀ, ਅਸੀਂ ਨਿਕਲੇ ਕੇ ਨਿਕਲ ਰਵਾਂਗੇ। ਦੂਸਰੀ ਗੱਲ ਕਹਿੰਦਾ ਦਾਦੂਵਾਲ ਦੀ, ਕਹਿੰਦਾ ਦਾਦੂਵਾਲ ਜਿਹੜਾ ਬਲਜੀਤ ਸਿੰਘ ਦਾਦੂਵਾਲ, ਉਹ ਪ੍ਰਚਾਰਕ ਘੱਟ ਤੇ ਕੇਂਦਰ ਦਾ ਟਾਊਟ ਵੱਧਦਾ। ਤੀਸਰੀ ਚੀਜ਼ ਲਾਲਪੁਰੇ ਦੀ ਗੱਲ ਕਰਦਾ, ਉਹ ਕਹਿੰਦਾ ਇਕਬਾਲ ਸਿੰਘ ਲਾਲਪੁਰਾ ਜਿਹੜਾ ਮੈਜੋਰਟੀ ਚੇਅਰਮੈਨ ਆ, ਮੈਂ ਉਹਦੇ ਕੋਲ ਗਿਆ, ਮੈਂ ਉਹਨੂੰ ਕਿਹਾ ਜਿਸ ਉਹਦੇ ਤੇ ਤੁਸੀਂ ਬੈਠੇ ਹੋ ਸਾਡੇ ਨਾਲ ਧੱਕਾ ਹੋ ਰਿਹਾ, ਮਨੁੱਖੀ ਘਰਾਂ ਧੱਕਾ ਹੋ ਰਿਹਾ ਵਾ, ਮੈਜੋਰਟੀ ਜੇ ਅਸੀਂ ਹੈਗੇ ਆ ਤੇ ਤੁਸੀਂ ਸਾਡੀ ਆਵਾਜ਼ ਕੋਈ ਨੀ ਬੁਲੰਦ ਕਰਦੇ ਵੀ ਤੁਸੀਂ ਸਾਨੂੰ ਬੰਦੀ ਸਿੰਘ ਨੂੰ ਰਿਹਾ ਕਰਾਓ। ਕਹਿੰਦਾ ਜੀ ਇਹ ਗੱਲ ਨਾ ਕਰੋ,
ਜੇ ਗੱਲ ਕਰਨੀ ਤੇ ਬਕਾਇਦਾ ਤੌਰ ਤੇ ਤੁਸੀਂ ਵੀ ਵਿਕਾਸ ਦੀ ਗੱਲ ਕਰੋ, ਕੰਮ ਦੀ ਕਰੋ, ਰੁਪਏ ਗੱਲ ਕਰਨੀ। ਰੋਡੇ ਦੇ ਤੇ ਬੜੇ ਸੰਗੀਨ ਇਲਜ਼ਾਮ ਲਾਏ ਉਹਨੇ, ਭਾਈ ਜਸਵੀਰ ਸਿੰਘ ਰੋਡੇ ਤੇ ਬੜੇ ਸੰਗੀਨ ਲਾਏ। ਉਹਨੇ ਕਿਹਾ 2088 ਜਿਹੜੇ 43 ਬੰਦੇ ਅੰਦਰੋਂ ਕੱਢੇ ਗਏ ਸੀ ਦਰਬਾਰ ਸਾਹਿਬ ਦੇ ਵਿੱਚੋਂ, ਉਹ ਰੋਡੇ ਦੇ ਬੰਦੇ ਸੀ। ਉਹ ਜਦੋਂ ਅੰਦਰ ਸੀ ਉਹਨਾਂ ਕਿਹਨੂੰ ਚਿੱਠੀ ਨੀ ਪਾਈ, ਕਿਹੜੇ ਸਿੱਖ ਨੂੰ ਚਿੱਠੀ ਨੀ ਪਾਈ ਜਿਹਦੇ ਕੋਲੋਂ ਗ੍ਰਾਹੀ ਨਾ ਕੀਤੀ ਹੋਵੇ। ਜਦੋਂ ਗੋਲ ਖੁੱਲਦੀ ਹੁੰਦੀ ਸੀ ਬਕਾਇਦਾ ਤੌਰ ਤੇ ਐਸ ਸੀ ਪੀ ਸੀ ਤੇ ਗੋਲ ਗੁੱਤ ਸਾਰਟਾਂ ਲੈ ਕੇ ਤੇ ਗੋਲ ਭਰ ਕੇ ਆਪਣੀ ਜਿਹੜੀ ਸੀ ਉਹ ਪੰਡ ਭਰ ਕੇ ਲੈ ਜਾਂਦੇ ਸੀ ਜਿੰਨੀ ਹੁੰਦੀ ਸੀ, ਐਸ ਸੀ ਪੀ ਸੀ ਵਿਹਦੀ ਰਹਿ ਜਾਂਦੀ ਸੀ। ਕਹਿੰਦੇ ਵੀ ਜਦੋਂ ਉਹ ਫਿਰ ਚਲੇ ਜਾਂਦੇ ਨੇ ਹਰਿਮੰਦਰ ਸਾਹਿਬ ਦੇ ਵਿੱਚ, ਦੋ ਤਿੰਨ ਦਿਨ ਰਹਿੰਦੇ ਉੱਥੇ, ਤੇ ਬਕਾਇਦਾ ਤੌਰ ਤੇ ਜਿਹੜੇ ਸਾਡੇ ਪ੍ਰਸ਼ਾਦ ਵਾਲੇ ਭਾਂਡੇ ਨੂੰ ਗੰਦ ਨੀ ਪਾਇਆ ਜਾਂਦਾ, ਫਿਰ ਉਹ ਗੰਦੇ ਹੱਥ ਧੋਤੇ ਨੇ ਹਰਜੀ ਪੌੜੀ। ਇੱਥੋਂ ਤੱਕ ਉਹਨਾਂ ਨੇ ਇਲਜ਼ਾਮ ਲਾਏ ਉਹਨਾਂ ਦੇ ਉੱਤੇ, ਲੇਕਿਨ ਠੀਕ ਆ ਉਹਨਾਂ ਨੇ ਆਪਣੇ ਇਲਜ਼ਾਮ ਲਾਇਆ, ਉਹਨਾਂ ਜਵਾਬ ਦਿੱਤਾ ਭਾਈ ਰੋਡੇ ਨੇ, ਭਾਈ ਮੈਨੂੰ ਇਹ ਦੱਸ ਦੇ ਵੀ 2008 ਨੇ 2 ਇੰਟਰਵਿਊ ਦਿੱਤੀਆਂ ਸੀ ਉਹ ਸਹੀ ਆ ਕਿ ਅੱਜ ਵੀ ਸਹੀ ਹੈ। ਅੰਮ੍ਰਿਤਪਾਲ ਬਾਰੇ ਵੀ ਕਿਹਾ, ਕਹਿੰਦਾ ਸਾਨੂੰ 34-34 ਸਾਲ ਹੋ ਗਏ ਆ, 1.5 ਸਾਲ ਹੋ ਗਏ ਤੇ ਚੀਤਾਂ ਨਿਕਲੀਆਂ ਸਾਨੂੰ ਰਿਹਾਤ ਵੱਲ, ਸਾਨੂੰ ਰਿਹਾਤ ਵੱਲ ਨਾਂ ਨੀ ਲਿਆ ਉਹਨੇ। ਇਹ ਵੀ ਗੱਲ ਉਹਨੇ ਕਹੀ ਆ, ਉਹ ਕਹਿੰਦੇ ਜੀ ਵੇਖੋ ਮੇਰੀ ਮਾਤਾ ਹਰ ਵਾਰੀ ਇੱਥੇ ਮੈਂਬਰ ਪੰਚਾਇਤ ਬਣਦੀ ਸੀ, ਇਹਨਾਂ ਲੋਕਾਂ ਦੀ ਬਦੌਲਤ ਇਹਨਾਂ ਨੇ ਐਸ ਪੀ ਨੂੰ ਮੈਂਬਰ ਪੰਚਾਇਤ ਨਹੀਂ ਸੀ ਬਣ ਦਿੱਤਾ। ਨੀਤੀ ਬੰਦੀ ਸੀ ਵੀ ਜਦੋਂ ਵੀ ਤੁਸੀਂ ਮੇਰੇ ਕਾਗਜ਼ ਆਉਂਦੇ ਸੀਗੇ, ਜੇ ਕੋਈ ਦਸਤਖਤ ਨਹੀਂ ਕਰਦਾ ਤੇ ਮੇਰੀ ਮਾਂ ਬਤੌਰ ਮੈਂਬਰ ਸਾਈਨ ਕਰਕੇ ਭੇਜ ਦਿੰਦੀ ਸੀ ਤੇ ਉਹ ਸਾਡੀ ਸੁਣਵਾਈ ਲੈਂਦੀ। ਫਿਰ ਸਿਫਤਾਂ ਕੀਤੀਆਂ ਉਹਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਤੇ ਸੁਖਬੀਰ ਸਿੰਘ ਬਾਦਲ ਦੀਆਂ ਤੇ ਬਿਕਰਮ ਸਿੰਘ ਮਜੀਠੀਆ ਦੀਆਂ, ਵੀ ਜਿੰਨੀ ਵੀ ਮਦਦ ਬੰਦੀ ਸਿੰਘਾਂ ਦੀ ਕੀਤੀ ਆ ਇਹਨਾਂ ਨੇ ਕੀਤੀ ਹੈ, ਤੇ ਮੈਨੂੰ ਵੀ ਕਰਨਾਟਕਾ ਤੋਂ ਇਹ ਇੱਥੇ ਲੈ ਕੇ ਆਇਆ ਸੀ ਤੇ ਇਹਨਾਂ ਦੀ ਬਦੌਲਤ ਮੈਂ ਅੱਜ ਮੈਨੂੰ ਪ੍ਰੋਬਲਮ ਮਿਲਣੀ ਸ਼ੁਰੂ ਹੋਈ ਹੈ ਜੀ। ਸਵਾਲ ਤਾਂ ਭਾਈ ਗੁਰਦੀਪ ਸਿੰਘ ਖੇੜਾ ਹੋਣਾ ਦੇ ਬਿਆਨ ਦੇ ਵਿੱਚੋਂ ਬਹੁਤ ਸਾਰੇ ਨਿਕਲਦੇ ਨੇ ਪੱਟੀ ਸਾਹਿਬ, ਪਰ ਮੈਂ ਉਹ ਸਵਾਲ ਬੋਲਣੇ ਨਹੀਂ ਕਿਉਂਕਿ ਪੱਤਰਕਾਰੀ ਜਿਹੜੇ ਹੋਰ ਲੋਕ ਕਰਦੇ ਨੇ, ਜਿੱਦਣ ਕਿਤੇ ਸਰਦਾਰ ਗੁਰਦੀਪ ਸਿੰਘ ਖੇੜਾ ਹੋਣਾ ਦੇ ਨਾਲ ਸਾਡੀ ਇੰਟਰਵਿਊ ਹੋਈ, ਫਿਰ ਖੇੜਾ ਸਾਹਿਬ ਕੋਲ ਸਵਾਲ ਉਹ ਪੁੱਛਾਂਗੇ, ਕਿਉਂਕਿ ਸਾਡੇ ਇਸ ਪ੍ਰੋਗਰਾਮ ਤੋਂ ਬਾਅਦ ਸਵਾਲਾਂ ਦੀਆਂ ਮੁੜ ਕੇ ਫਿਰ ਲੜੀਆਂ ਬਣਾ ਕੇ ਪੁੱਛੀਆਂ ਜਾਂਦੀਆਂ ਨੇ। ਕੱਲ੍ਹ ਤੱਕ ਕਿਸੇ ਨੇ ਉਹ ਸਵਾਲ ਨਹੀਂ ਚੁੱਕੇ, ਰੱਖੜ ਪੁੰਨਿਆ ਲੰਘ ਗਈ ਹੈ, ਕਈ ਘੰਟੇ ਹੋ ਗਏ ਨੇ ਸੋਸ਼ਲ ਨੈਟ ਮੀਡੀਆ 'ਤੇ ਬੈਠੇ ਹੋਏ ਜਿਹੜੇ ਮਹਾਂਬੁੱਧੀਜੀਵੀ ਆ, ਅਜੇ ਤੱਕ ਕਿਸੇ ਨੇ ਕੋਈ ਕੁਐਸਚਨ ਨਹੀਂ ਚੁੱਕਿਆ ਭਾਈ ਗੁਰਦੀਪ ਸਿੰਘ ਖੇੜਾ ਹੋਰਾਂ ਦੇ, ਕਿਉਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਖੇਮੇ ਦੇ ਵਿੱਚੋਂ ਉਹ ਬੋਲ ਰਹੇ ਨੇ ਤਾਂ ਬਹੁਤ ਸਾਰੇ ਸਵਾਲ ਭਾਈ ਗੁਰਦੀਪ ਸਿੰਘ ਖੇੜਾ ਨੂੰ ਪੁੱਛੇ ਜਾ ਸਕਦੇ ਨੇ, ਕਿਉਂਕਿ ਭਾਈ ਅੰਮ੍ਰਿਤਪਾਲ ਉਹਦਾ ਨਾਂ ਨਹੀਂ ਲਿਆ, ਉਹਨਾਂ ਨੇ ਇਸ਼ਾਰਾ ਕੀਤਾ ਹੈ। ਹਾਂਜੀ, ਅਜੇ ਥੋੜ੍ਹੇ ਸਮੇਂ ਦੇ ਵਿੱਚ ਭਾਈ ਅੰਮ੍ਰਿਤਪਾਲ ਹੋਣਾ ਨੂੰ ਜਿਸ ਤਰੀਕੇ ਨਾਲ ਟਾਰਗੇਟ ਕੀਤਾ ਗਿਆ, ਜਿਸ ਤਰੀਕੇ ਨਾਲ ਉਹਨਾਂ ਨੂੰ ਸਵਾਲ ਪੁੱਛੇ ਗਏ, ਜਿਸ ਤਰੀਕੇ ਨਾਲ ਆਪਾਂ ਵੀ ਜਿੱਥੇ ਉਹ ਗਲਤ ਸੀ ਗਲਤ ਨੂੰ ਗਲਤ ਕਿਹਾ, ਜਿੱਥੇ ਸਹੀ ਸੀ ਸਹੀ ਨੂੰ ਸਹੀ ਕਿਹਾ। ਹਾਂਜੀ, ਭਾਈ ਗੁਰਦੀਪ ਸਿੰਘ ਖੇੜਾ ਰੀਸੈਂਟਲੀ ਕੁਝ ਸਮੇਂ, ਕੁਝ ਮਹੀਨੇ ਹੀ ਹੋਏ ਨੇ ਉਹਨਾਂ ਨੂੰ ਜੇਲ੍ਹ 'ਚੋਂ ਆਇਆ ਨੂੰ, ਚਲੋ ਜੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਕੋਈ ਖਾਮੀ ਨਹੀਂ ਨਜ਼ਰ ਆਉਂਦੀ ਤਾਂ ਪਈ ਹੁਣ ਤਸਵੀਰ ਦਾ ਇੱਕ ਪਾਸਾ ਹੈ, ਅਤੇ ਬਹੁਤ ਸਾਰੇ ਸਵਾਲ ਨੇ ਜਿਹੜੇ ਪੁੱਛੇ ਜਾ ਸਕਦੇ ਨੇ, ਸੁਚੇਤ ਪੱਤਰਕਾਰ ਪੁੱਛ ਲੈਣਗੇ, ਅਸੀਂ ਪੁੱਛ ਦਾਂਗੇ ਜੋ ਸਾਡਾ ਮੌਕਾ ਲੱਗਾ। ਆਪਾਂ ਇੱਥੇ ਵਾਈਂਡ ਅਪ ਕਰਦੇ ਹਾਂ ਇਸ ਗੱਲ ਨੂੰ, ਔਰ ਇਹ ਇੱਕ ਕਿਸਮ ਦੀ ਕਹਿ ਲਓ ਕਿ ਭਰਾ ਮਾਰੂ ਜੰਗ ਫਿਰ ਜਿਹੜੀ ਹੈ ਇੱਕ ਪਿੰਡ ਦੇ ਵਿੱਚੋਂ ਸ਼ੁਰੂ ਹੋ ਚੁੱਕੀ ਹੈ। ਸੀਜੇ ਮਾਰ 320 ਮੀਟਰ ਬੈ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਸੁਖਬੀਰ ਸਿੰਘ ਬਾਦਲ ਨੇ ਬਾਗੀ ਅਕਾਲੀਆਂ ਨੂੰ 22 ਮੰਜੀਆਂ, ਯਾਦ ਹੋਊਗਾ ਹੁਣ ਇਤਿਹਾਸ ਦੇ ਵਿੱਚ ਤੁਹਾਨੂੰ। ਹਾਂਜੀ, ਇਹ ਕਿਸੇ ਨੇ ਲਿਖ ਕੇ ਸਵਾਲ ਦਿੱਤਾ ਬਾਦਲ ਸਾਹਿਬ ਨੂੰ, ਇਹਨਾਂ ਦੀ ਆਪਣੀ ਉਪਜ ਨਹੀਂ ਹੋ ਸਕਦੀ। ਆਮ ਆਦਮੀ ਪਾਰਟੀ ਨੂੰ ਠੱਗਾਂ ਦੀ ਪਾਰਟੀ ਦੱਸਿਆ ਅਤੇ 22 ਮੰਜੀਦਾਰ ਦੱਸਿਆ। ਹਾਂਜੀ ਚਾਵਲਾ ਸਾਹਿਬ,
ਅਕਾਲੀ ਦਲ ਦੀ ਹਾਲਤ ਇੰਨੀ ਮਾੜੀ ਆ ਕਿ ਕੱਲ ਬਕਾਇਦਾ ਤੌਰ ਤੇ ਜਿਹੜੀ ਸਭ ਤੋਂ ਵੱਡੀ ਰੈਲੀ ਜਾਂ ਕਨਵੈਨਸ਼ਨ ਇਹਨਾਂ ਦੀ ਅੱਖਣ ਪੁੰਨਿਆ ਦੇ ਮੇਲੇ ਤੇ ਹੁੰਦੀ ਸੀ, ਕੱਲ ਤੀਸਰੇ ਨੰਬਰ ਤੇ ਜੀ, ਪਹਿਲੇ ਨੰਬਰ ਤੇ ਪੰਥਕ ਕਨਵੈਨਸ਼ਨ ਦਾ ਕੱਟ ਸੀ, ਦੂਸਰੇ ਨੰਬਰ ਤੇ ਸਰਕਾਰ ਜਿਹੜੀਆਂ ਆਪਣੀਆਂ ਗੱਡੀਆਂ ਤੇ ਟਰੱਕ ਭਰ ਕੇ ਲੈ ਗਈ ਤੇ ਤੀਜੇ ਨੰਬਰ ਤੇ ਅਕਾਲੀ ਦਲ। ਗੁਰਦੀਪ ਸਿੰਘ ਖੇੜਾ ਨੂੰ ਇਕੱਠ ਵੇਖ ਲੈਣਾ ਚਾਹੀਦਾ ਸੀ। ਬਿਲਕੁਲ, ਅੱਜ ਜਿਹੜਾ ਬਕਾਇਦਾ ਤੌਰ ਤੇ ਜਿਹੜੀ ਲੌਂਗੋਵਾਲ ਤੇ ਲੌਂਗੋ ਸਾਹਿਬ ਦੀ ਲੌਂਗੋਵਾਲ ਸਾਹਿਬ ਦੀ ਬਰਸੀ ਤੇ ਇਕੱਠ ਹੋਇਆ ਵਾ, ਉੱਥੋਂ ਮੈਂ ਇੱਕ ਦੋ ਪੱਤਰਕਾਰ ਨੂੰ ਪੁੱਛਿਆ, ਕਹਿੰਦਾ ਜੀ ਪੰਜ ਚਾਰ ਤੋਂ ਲੈ ਕੇ ਪੰਜ ਆ ਰਹੇਗਾ ਸੀ ਭੀਮ ਸ਼ਾਹ ਦਾ ਇਕੱਠ, ਤੇ ਡੇਢ ਤੋਂ ਲੈ ਕੇ 2000 ਇਕੱਠ ਹੈਗਾ ਸੀ ਬਾਦਲਾਂ ਦਾ। ਚਲੋ, ਉੱਥੇ ਭੁੰਦੜ ਸਾਹਿਬ ਨੇ ਕਹਿ ਤਾ ਵੀ ਜਿਹੜੇ ਇਕੱਠ ਆ ਉਹ ਵੋਟਾਂ ਚ ਤਬਦੀਲ ਨਹੀਂ ਹੁੰਦੇ, ਇਹਦਾ ਮਤਲਬ ਉਹਨਾਂ ਤਸਲੀਮ ਕਰ ਲਿਆ ਵੀ ਕੱਲ ਵੀ ਇਕੱਠ ਜਿਹੜਾ ਵਿਰੋਧੀਆਂ ਦਾ ਵੱਡਾ ਸੀ ਤੇ ਅੱਜ ਵੀ ਵਿਰੋਧੀਆਂ ਦਾ ਵੱਡਾ, ਜੇ ਉਹਨਾਂ ਨੇ ਇਹ ਆਪਣੀ ਬਕਾਇਦਾ ਤੌਰ ਤੇ ਸਟੇਟ ਨੂੰ ਗੱਲ ਕੀਤੀ ਤੇ ਤਸਲੀਮ ਕਰ ਲਿਆ। ਤੇ ਭੁੰਦੜ ਸਾਹਿਬ ਨੂੰ ਇੱਥੇ ਇੱਕ ਸਵਾਲ ਬਣਦਾ ਕਿ ਵੱਡੇ ਇਕੱਠਾਂ ਦੇ ਵਿੱਚ ਫੋਟੋਆਂ ਚਿਹਰੇ ਕੈਮਰੇ ਵੱਲ ਕਰਕੇ ਤੇ ਪਿੱਛੇ ਵੱਡੇ ਇਕੱਠ ਦਿਖਾ ਕੇ ਉਦੋਂ ਕੀ ਸਾਬਤ ਕਰਨਾ ਚਾਹੁੰਦੇ ਸੀ? ਨਹੀਂ, ਉਹ ਤਾਂ ਅੱਜ ਵੀ ਖੋਣਗੇ, ਉਹ ਤੇ ਬਕਾਇਦਾ ਤੌਰ ਤੇ ਉਹ ਅੱਜ ਵੀ ਵਿਖਾਉਣਗੇ, ਸ਼ੱਕ ਵਾਲੀ ਗੱਲ ਨੀ ਹੈਗੀ। ਸਵੇਰੇ ਅਖਬਾਰਾਂ ਨੇ ਲਿਖਿਆ ਉਹ ਬੜਾ ਵੱਡਾ ਇਕੱਠ ਸੀ, ਬੜਾ ਵੱਡਾ ਇਕੱਠ, ਭਾਵੇਂ ਬੰਦਾ ਹਜ਼ਾਰ ਬੈਠਾ ਹੋਵੇ ਦੂਜੇ ਪਾਸੇ ਦਸ ਹਜ਼ਾਰ ਰਹਿੰਦਾ, ਇਹ ਕਿਹੜੀ ਕਹਿੰਦਾ ਏਡਾ ਇਕੱਠ ਤਾਂ ਕਦੀ ਵੇਖਿਆ ਹੀ ਨੀ ਜੀ, ਏਡਾ ਵੱਡਾ ਇਕੱਠ ਕੀਤਾ ਸੀ। ਦੂਸਰੀ ਚੀਜ਼ ਜਿਹੜੀ ਬਾਈ ਮੰਜੀਆਂ ਦੀ ਗੱਲ ਕੀਤੀ, ਉਹ ਕਹਿੰਦੇ ਜਿਹੜੇ ਬਾਗੀ ਇਹ ਬਾਈ ਮੰਜੀ ਤਾਂ ਇਹਨਾਂ ਦਾ ਪੰਥ ਨਾਲ ਕੋਈ ਲੈਣਾ ਦੇਣਾ ਨੀ, ਇਹ ਪੰਥ ਦੇ ਵਿੱਚ ਵਿਗਾੜ ਪੈਦਾ ਕਰਨ ਵਾਲੇ ਨੇ, ਬਾਗੀ ਨੇ। ਪੰਥਕ ਪਾਰਟੀ ਲੋਕੜੀ ਸ਼੍ਰੋਮਣੀ ਅਕਾਲੀ ਦਲ ਆ, ਉਹ ਪੰਥ ਦੀ ਪਾਰਟੀ ਆ, ਸਿੱਖਾਂ ਦੀ ਪਾਰਟੀ ਆ, ਬਕਾਇਦਾ ਤੌਰ ਤੇ ਜਥੇਦਾਰਾਂ ਦੀ ਪਾਰਟੀ। ਹੁਣ ਕੀ ਉਹ ਜਥੇਦਾਰ ਨੀ? ਕੱਲ ਤੱਕ ਤੁਸੀਂ ਇਕੱਠੇ ਖਾਂਦੇ ਪੀਂਦੇ ਸੀ, ਇੱਕ ਟੇਬਲ ਤੇ ਬਹਿ ਕੇ, ਤੇ ਉਹ ਵੀ ਕਹਿੰਦੇ ਸੀ ਬਾਦਲ ਸਾਹਿਬ ਬਾਦਲ ਸਾਹਿਬ। ਦੂਸਰੀ ਚੀਜ਼ ਜਿਹੜੀ ਗੱਲ ਕੀਤੀ ਹੈ ਵੀ ਅਕਾਲੀਆਂ ਦੇ ਵਿੱਚ ਰਹਿ ਕੇ ਇਹਨਾਂ ਨੇ ਕਿਹੜਾ ਸੁੱਖ ਨੀ ਭੋਗਿਆ, ਬਿਲਕੁਲ ਦੂਸਰੀ ਗੱਲ। ਸਿਰਫ ਚੰਦੂ ਮਾਜਰਾ ਸਾਨੂੰ ਗੁੱਸਾ ਤੇ ਉਹੀ ਹੈ ਨਾ ਪੁਰਾਣਾ, ਇਹ ਮੈਨੂੰ ਮੰਤਰੀ ਨਹੀਂ ਸੀ ਬਣ ਦਿੱਤਾ 2014 ਦੇ ਵਿੱਚ। ਦੂਸਰੀ ਚੀਜ਼, ਐਤਕੀ ਜਦੋਂ ਆਨੰਦਪੁਰ ਸਾਹਿਬ ਤੋਂ ਇਹਨਾਂ ਨੇ ਟਿਕਟ ਮੰਗੀ, ਟਿਕਟ ਮਿਲ ਵੀ ਗਈ, ਲੇਕਿਨ ਸੁਖਬੀਰ ਸਿੰਘ ਬਾਦਲ ਨੇ ਉੱਥੇ ਦਲਜੀਤ ਸਿੰਘ ਚੀਮੇ ਨੂੰ ਖੜਾ ਕਰਤਾ ਵੀ ਤੇਰਾ ਏਰੀਆ ਤੂੰ ਆਪਣਾ ਟਿਕਟ ਕੰਨਾ ਪਾ, ਤੇ ਚੰਦੂ ਮਾਜਰੇ ਆਪਾਂ ਉੱਥੇ ਟੱਪੀਏ ਪਟਿਆਲੇ, ਲੇਕਿਨ ਉਹਨੇ ਕਿਹਾ ਜੀ ਮੈਂ ਇੱਥੋਂ ਇਲੈਕਸ਼ਨ ਲੜਨੀ, ਉਹਨਾਂ ਨੂੰ ਗੁਰਦਾਸਪੁਰ ਭੇਜਤਾ। ਚਲੋ, ਜਿਸ ਤਰੀਕੇ ਨਾਲ ਬਕਾਇਦਾ ਤੌਰ ਤੇ ਉਹ ਜੋ ਕੁਛ ਸੀਟਾਂ ਲਿਆ ਉਹ ਤੁਹਾਡੇ ਸਾਹਮਣੇ ਆ, ਲੇਕਿਨ ਚੰਦੂ ਮਾਜਰਾ ਨੇ ਜਦੋਂ ਉਦੋਂ ਵੇਖ ਲਿਆ ਮੱਛੀ ਪੱਥਰ ਚੜ ਕੇ ਮੁੜਦੀ, ਭਾਈ ਹੁਣ ਮੈਨੂੰ 40,000 ਵੋਟ ਮਿਲੀ ਉਸ, ਸਿਰਫ 40,000 ਆਨੰਦਪੁਰ ਸਾਹਿਬ ਜਿੱਥੇ ਲੱਖਾਂ ਵੋਟਾਂ ਦੇ ਕੋਲ ਜਿੱਤੇ, ਜੇ 40,000 ਵੋਟ ਮਿਲੀ ਹੈ ਤੇ ਇਹਦਾ ਮਤਲਬ ਵੀ ਅਕਾਲੀ ਦਲ ਨੇ ਬਿਲਕੁਲ ਕੋਈ ਮਦਦ ਨਹੀਂ ਕੀਤੀ, ਮਦਦ ਨਹੀਂ ਕੀਤੀ ਕਿ ਅਕਾਲੀ ਦਲ ਲੋਕੀ ਪਸੰਦ ਨਹੀਂ ਕਰਦੇ ਤੇ ਫਿਰ ਉਹਨਾਂ ਨੂੰ ਬਾਗੀ ਹੋਣਾ ਪਿਆ, ਫਿਰ ਉਹਨਾਂ ਦੇ ਖਿਲਾਫ਼ ਬੁਲਾਉਣਾ ਪਿਆ ਉਹਨਾਂ। ਅੱਜ ਅਕਾਲ ਤਖ਼ਤ ਤੇ ਮਾਮਲਾ, ਅਕਾਲ ਤਖ਼ਤ ਤੇ ਜਥੇਦਾਰ, ਮੈਂ ਫਿਰ ਕਹਿ ਦਿਆਂ ਵੀ ਲੋਕਾਂ ਨੂੰ ਇਹ ਕਹਿੰਦੇ ਜੀ ਉਹ ਮਾਫ਼ੀ ਗੁਨਾਹਾਂ ਦੀ ਹੁੰਦੀ, ਗਲਤੀਆਂ ਦੀ ਨਹੀਂ, ਗੁਨਾਹ ਦੀ ਨਹੀਂ ਹੁੰਦੀ। ਭਾਈ ਉੱਥੇ ਗਲਤੀ ਹੋਵੇ ਜਾਂ ਗੁਨਾਹ ਹੋਵੇ ਉਹ ਬਖਸ਼ਿੰਦ ਤਰਕ ਆ, ਉੱਥੇ ਮਰਿਆਦਾ ਨਾਲ ਸਾਰੀ ਗੱਲ ਹੋਣੀ ਆ, ਨਾ ਉਹ ਥਾਣਾ ਵਾ ਤੇ ਨਾ ਉਹ ਬਕਾਇਦਾ ਤੌਰ ਤੇ ਕੋਈ ਇੰਟਰੋਗੇਸ਼ਨ ਸੈਂਟਰ। ਜੇ ਕਿਸੇ ਨੇ ਗੁਨਾਹਾਂ ਦੀ ਇਹਨਾਂ ਨੂੰ ਬਕਾਇਦਾ ਤੌਰ ਤੇ ਦੋਣੀ ਆ, ਸਜ਼ਾ ਦੋਣੀ, ਜਾਓ ਕੋਰਟ ਕਰ ਦਿਓ ਕੇਸ ਇਹਨਾਂ ਦੇ ਉੱਤੇ।
ਉਹ ਮਾਮਲਾ ਉੱਥੇ ਚੱਲ ਜਾਏ। ਇੱਥੇ ਕਹਿ ਰਿਹਾ ਸੀ ਇੰਨਾ ਕੀ ਜਾਣਾ ਵਾ ਵੀ ਇਹਨਾਂ ਦੀ ਗਲਤੀ ਕਿਹੜੀ ਕਿਹੜੀ ਕੀਤੀ, ਇਹਨੂੰ ਕੋਈ ਮਨਾਈ ਜਾਊਗੀ ਅਕਾਲ ਤਖ਼ਤ ਦੇ ਖੜੇ ਕਰਕੇ, ਆ ਵੀ ਕੀਤੀ ਹੈ ਜੀ, ਆਹ ਵੀ ਕੀਤੀ, ਆਹ ਵੀ ਕੀਤੀ ਆ, ਉਦੋਂ ਬਾਅਦ ਆਪਣੀ ਤਨਖਾਹ ਲਾਈ ਜਾਊਗੀ ਵੀ ਤੁਸੀਂ ਆਪ ਕੁਛ ਕਰੋ ਜੀ। ਇਸ ਕਰਕੇ ਜਥੇਦਾਰੀ ਐਕਚੁਅਲੀ ਭਾਵੇਂ ਸੰਕਟ ਚ ਨਹੀਂ, ਲੇਕਿਨ ਪਹਿਲਾਂ ਧਿਆਨ ਨਿਕਲ ਆ ਗਿਆ ਜੀ ਮਰਿਆਦਾ ਸੱਤ ਕੋਈ ਦੂਜੀ ਹੈ ਹੀ ਕੋਈ ਨੀ। ਲੇਕਿਨ ਅੱਜ ਦੀ ਡੇਟ ਦੇ ਵਿੱਚ ਜਿਸ ਤਰੀਕੇ ਨਾਲ ਮੰਦੀ ਧਰਾਂ ਦੀ ਗੱਲ ਕੀਤੀ, ਭਾਈ ਤੁਹਾਡੇ ਸਾਥੀ ਨੇ ਉਦੋਂ ਕੌਣ ਸੀਗੇ? ਉਦੋਂ ਵੀ ਤੁਹਾਡੇ ਨਾਲ ਸੀ ਨਾ, ਉਦੋਂ ਤੁਸੀਂ ਵੇਖੋ ਇਹ ਬੜੀ ਵਿਡੰਬਨਾ ਜੀ। ਪਹਿਲਾਂ ਕੀ ਕਹਿੰਦੇ ਜਥੇਦਾਰ ਗੁਰਚਰਨ ਸਿੰਘ ਤੋਂ ਲਾਗੂ ਹੋਈ ਸੀ ਤੇ ਉਦੋਂ ਕਹਿੰਦੇ ਸੀ ਇਹ ਕਾਂਗਰਸ ਦੀ ਬੀ ਟੀਮ, ਤੇ ਜਦੋਂ ਦੋਵੇਂ ਬਜ਼ੁਰਗਾਂ ਦੀ ਅਪੋਲੋ ਹੋਸਪਿਟਲ ਰਾਈ ਜਮਾ ਹੁੰਦਾ, ਜਿੱਕ ਨੂੰ ਜੱਫੀ ਪਾ ਕੇ ਉੱਤੇ ਅੱਥਰੂ ਪਾ ਕੇ ਰਾਈ ਜਮਾ ਕਰਦੇ ਆਏ, ਤੇ ਰਾਤੋ ਰਾਤ ਹੀ ਫਿਰ ਟੌੜਾ ਸਾਹਿਬ ਪੰਥਕ ਬਣ ਜਾਂਦੇ। ਹੁਣ ਅੱਜ ਕੱਲ੍ਹ ਕਾਂਗਰਸ ਨੀ ਕਹਿੰਦੇ, ਅੱਜ ਕੱਲ੍ਹ ਕਹਿੰਦੇ ਬੀਜੇਪੀ ਦੀ ਬੀ ਟੀਮ ਆਏ ਜੀ। ਕਮੀ ਸਰ ਤੁਹਾਡਾ ਉਹਨਾਂ ਲਾਇਸ ਰਿਹਾ, ਤੁਸੀਂ ਬੀ ਟੀਮ ਨੀ ਸੀ ਉਹਦੇ? ਇਹ ਪਤੀ ਪਤਨੀ ਦੇ ਜਵਾਕ ਆ ਨਾ ਹੁਣ, ਬਿਲਕੁਲ ਬਿਲਕੁਲ, ਜੇ ਪਤੀ ਪਤੀ ਪਤਨੀ ਸੀ ਤੇ ਜਵਾਕ ਵੀ ਤਾਂ ਹੋਣੇ ਨਾ, ਇੰਨੇ ਸਾਲਾਂ ਦੇ ਤੇ ਨਿਆਣੇ ਗੱਭਰੂ ਹੋ ਜਾਂਦੇ ਆ ਜੀ 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 ਹਾਂਜੀ। ਖੈਰ ਕੇਜਰੀਵਾਲ ਸਾਹਿਬ ਨੂੰ ਹਾਲੇ ਤੱਕ ਕੋਈ ਰਾਹਤ ਨਹੀਂ, 27 ਤੱਕ ਵਧਾ ਦਿੱਤੀ ਹੈ ਨਿਆਇਕ ਹਿਰਾਸਤ, ਕੀ ਕਹਿਣਾ ਚਾਹੋਗੇ? ਦੇਖੋ ਜਿਹੜੀ ਗੱਲ ਕੇਜਰੀਵਾਲ ਸਾਹਿਬ ਦੀ, ਉਹ ਇਹ ਲੱਗਦਾ ਕਿ ਸ਼ਾਇਦ ਉਹਨਾਂ ਨੂੰ ਹਰਿਆਣਾ ਦੀ ਚੋਣਾਂ ਤੋਂ ਪਹਿਲਾਂ ਬਾਹਰ ਨਾ ਹੋ ਦਿੱਤਾ, ਲੇਕਿਨ ਜਦੋਂ ਦਿੱਲੀ ਦੀਆਂ ਚੋਣਾਂ ਹੋਣੀਆਂ ਉਦੋਂ ਬਾਅਦ ਉਹਨਾਂ ਨੂੰ ਬੇਲ ਦੇਣੀ ਪਊਗੀ, ਇੰਟਰਨ ਬੇਲ ਦੇਣੀ ਪਊਗੀ, ਮੁੱਖ ਮੰਤਰੀ ਅਗਲਾ ਤਾਂ ਚੋਣ ਲੈਣੀ ਹੈ, ਜੇ ਉਹਦੇ ਚ ਮਿਲ ਜਾਂਦੀ ਹੈ ਤੇ ਫਰਵਰੀ ਦੇ ਵਿੱਚ ਬਕਾਇਦਾ ਤੌਰ ਤੇ ਫਰਵਰੀ 2025 ਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ, ਨਵੰਬਰ ਦੇ ਵਿੱਚ ਮਹਾਰਾਸ਼ਟਰ ਦੀਆਂ ਚੋਣਾਂ ਵੀ ਸੀਗੀਆਂ, ਲੇਕਿਨ ਉਹ ਲੇਟੈਸਟ ਕੀਤੀਆਂ ਜਾ ਰਹੀਆਂ ਨੇ ਵੀ ਅਸੀਂ ਹਰਿਆਣਾ ਦੀ ਤੇ ਇਹ ਕਰਾ ਕੇ ਵੇਖੀ ਕੀ ਹਾਲ ਹੁੰਦਾ ਵਾ। ਅੱਜ ਦੀ ਡੇਟ ਦੇ ਵਿੱਚ ਹਰਿਆਣਾ ਦੀ ਤੇ ਕਸ਼ਮੀਰ ਦੀ ਚੋਣ ਬੜੀ ਬੁਰੀ ਤਰ੍ਹਾਂ ਜਿਹੜੀ ਹਾਰ ਰਹੀ ਨੇ ਸਰਵੇ ਦੇ ਮੁਤਾਬਕ, ਜੇ ਬੀਜੇਪੀ ਹਾਰ ਰਹੀ ਹੈ ਤੇ ਫਿਰ ਇਹਦਾ ਅਸਰ ਬਕਾਇਦਾ ਤੌਰ ਤੇ ਮਹਾਰਾਸ਼ਟਰ ਤੇ ਪੈਣਾ, ਤੇ ਮਹਾਰਾਸ਼ਟਰ ਦੇ ਵਿੱਚ ਅੱਜ ਵੀ ਲੋਕ ਬਾਲ ਠਾਕਰੇ ਦੀ ਸਿਰ ਸੰਗਤ ਕਰੇਗੀ, ਜਿੰਨਾ ਕਹਿਤਾ ਇਸੇ ਕਰਕੇ ਆਪਣੇ ਕੋਲੋਂ ਬੁਲਾ ਲਾ ਕੇ, ਕਿਉਂ ਕਰਨਾਟਕਾ ਚ ਕੀ ਹੈ, ਕਰਨਾਟਕਾ ਚ ਚੋਣ ਹੋ ਰਹੀ ਹੈ, ਜਿੰਨਾ ਚਿਰ ਤੇ ਬਕਾਇਦਾ ਬੀਜੇਪੀ ਲੀਡ ਕਰਦੀ ਰਹੀ ਉਹਨਾਂ ਚਿਰ ਤੇ ਉੱਥੇ ਮੋਦੀ ਸਾਹਿਬ ਦੀ ਫੋਟੋ ਲੱਗੀ ਸੀ, ਜਦੋਂ ਲੀਡ ਕਰਨ ਹਟ ਗਈ ਤੇ ਕਾਂਗਰਸ ਦੀ ਗੱਲ ਵੀ ਉੱਥੇ ਚੁੱਕ ਕੇ ਨੱਢੇ ਦੀ ਫੋਟੋ ਲਾ ਦਿੱਤੀ, ਹੁਣ ਜੇਪੀ ਨੱਡਾ ਪ੍ਰਧਾਨ ਮੰਤਰੀ ਫੋਟੋ ਲਾਉਣੀ ਨਹੀਂ, ਇੱਥੇ ਵੀ ਉਹਨਾਂ ਵੇਖ ਲਿਆ ਮਹਾਰਾਸ਼ਟਰ ਸਾਨੂੰ ਕੁਛ ਮਿਲਦਾ ਨਹੀਂ ਤੇ ਉਹਨਾਂ ਨੇ ਆਪਣਾ ਲੀਡਰ ਬਕਾਇਦਾ ਤੌਰ ਤੇ ਸ਼ਿੰਦੇ ਨੂੰ ਬਣਾ ਲਿਆ ਵੀ ਇਹਦੀ ਅਗਵਾਈ ਥੱਲੇ ਚੋਣ ਲੜੀ ਜਾਊਗੀ, ਜੇ ਹਾਰਾਂਗੇ ਤੇ ਸਾਡੇ ਤੇ ਕੋਈ ਇਲਜ਼ਾਮ ਨਾ ਆਵੇ, ਇਲਜ਼ਾਮ ਆਵੇ ਤੇ ਸ਼ਿੰਦੇ ਪੈ ਜਾਏ, ਇਸ ਕਰਕੇ ਮਹਾਰਾਸ਼ਟਰ ਦੀ ਚੋਣ ਕਰਾਉਣੀ ਦੀ ਪੈਣੀ ਹੈ, ਉਹ ਵੀ ਕਰਾਉਣੀ ਪੈਣੀ ਹੈ, ਤੇ ਦੂਜੇ ਪਾਸੇ ਜਿਹੜੇ ਸਾਡੇ ਬਿਹਾਰ ਵਾਲੇ ਨੇ ਉਹਨਾਂ ਦੀ ਚੋਣ ਉੱਡੀ ਹੈ ਮਈ ਜੂਨ ਦੇ ਵਿੱਚ, ਉਹ ਵੀ ਚਾਹੁੰਦੇ ਵੀ ਹੁਣੀ ਨਾਲ ਹੋ ਜਾਏ, ਜਿਉਂ ਜਿਉਂ ਲੇਟ ਹੋਊਗੀ ਤਿਉਂ ਤੇ ਉਹਨਾਂ ਦਾ ਦਬਦਬਾ ਘਟੂਗਾ ਉੱਥੇ, ਹੁਣ ਉਹ ਕਰਾਉਂਦੇ ਕਿ ਨਹੀਂ ਕਰਾਉਂਦੇ ਇਹ ਵੀ ਪਤਾ ਸਾਨੂੰ, ਲੇਕਿਨ ਇਹ ਆ ਵੀ ਆਹ ਜਿਹੜੀਆਂ ਦੋ ਚੋਣਾਂ ਨੇ ਉਹ ਵਾਟਰ ਨੂੰ ਸਾਫ਼ ਹੋਣਗੀਆਂ ਬੀਜੇਪੀ ਵਾਸਤੇ ਜੰਮੂ ਕਸ਼ਮੀਰ ਦੀ ਤੇ ਹਰਿਆਣੇ ਦੀ, ਹਰਿਆਣੇ ਦੀ ਚੋਣ ਜਿਹੜੀ ਹਾਰਦੀ ਹੈ ਬੀਜੇਪੀ ਇਹਦਾ ਅਸਰ ਦਿੱਲੀ ਤੇ ਬਹੁਤ ਪਏਗਾ ਜੀ। ਸੀ ਜਮਾਰ 320 ਮੀਟਰ ਬੈਂਡ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ ਦੇ ਵਿੱਚ, ਸਾਡੇ ਨਾਲ ਇੱਕ ਕਾਲਰ ਵੀ ਨੇ,
ਜਿਹੜੀ ਮੁੰਬਈ ਦੀ ਲੋਕਲ ਰੇਲ ਗੱਡੀ ਦੇ ਵਿੱਚ ਟੀਟੀ ਸਰਦਾਰ ਜਸਬੀਰ ਸਿੰਘ ਹੁਣਾਂ ਦੀ ਕੁੱਟਮਾਰ ਕਰਨ ਵਾਲਾ ਮਾਮਲਾ ਕਾਫੀ ਤੂਲ ਫੜਿਆ ਸੀ। ਪਤਾ ਲੱਗਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਸ਼ਖਸ ਨੇ ਜਾ ਕੇ ਆਪਣੀ ਭੈਣ ਜੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮਾਫ਼ੀ ਮੰਗੀ ਹੈ। ਪਰੰਤੂ ਪਹਿਲਾਂ ਕੌਲ ਲੈ ਲਈਏ। ਭਗਵੰਤ ਮਾਨ ਪੰਜਾਬ ਦੇ ਸੀ ਐਮ ਨੇ, ਭਗਵੰਤ ਮਾਨ ਸਾਹਿਬ ਹਜ਼ੂਰ ਸਾਹਿਬ ਗਏ ਨੇ, ਇਸ ਮਸਲੇ ਨੂੰ ਲੈ ਕੇ ਕਾਫੀ ਚਰਚਾ ਛਿੜੀ ਹੋਈ, ਉਹਦੀ ਗੱਲ ਕਰਦੇ। ਮੈਨੂੰ ਕਾਲ ਲੈ ਲਈਏ। ਵੈਲਕਮ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਆਪਣੇ ਪੱਟੀ ਸਾਹਿਬ। ਅੱਗੇ ਵੀ ਇੱਕ ਵਾਰ ਗੱਲ ਹੋਈ ਸੀ, ਮੇਰਾ ਖਿਆਲ ਮਹੀਨਾ ਵੀ ਦਿਨ ਹੋ ਗਏ, ਵੀ ਜੁਡੀਸ਼ਰੀ ਐਗਜ਼ੈਕਟਿਵ ਦੇ ਮੁਤਾਬਕ ਚੱਲਦੀ ਹੁੰਦੀ ਹੈ ਕਿ ਜੁਡੀਸ਼ਰੀ ਦਾ ਕੰਮ ਸਗੋਂ ਇਹ ਹੁੰਦਾ ਐਗਜ਼ੈਕਟਿਵ ਦੇ ਉੱਪਰ ਵੀ ਹੋ ਕੇ ਚੱਲਣਾ। ਐਗਜ਼ੈਕਟਿਵ ਦਾ ਜਿਹੜਾ ਮਤਲਬ ਧੱਕਾ ਕਹਿ ਲਓ, ਡਿਸਕ੍ਰਿਮੀਨੇਸ਼ਨ ਜਾਂ ਕੋਈ ਵੀ ਕੋਈ ਗੱਲ ਕਹਿ ਲਓ, ਉਸ ਨੂੰ ਰੀਡਰੈਸ ਕਰਨ ਵਾਸਤੇ ਤਾਂ ਹਰੇਕ ਇੰਡੀਵਿਜੁਅਲ ਨੇ ਜੁਡੀਸ਼ਰੀ ਜਾਣਾ ਹੁੰਦਾ। ਜਿਵੇਂ ਹੁਣ ਕੇਜਰੀਵਾਲ ਆ, ਜਾਂ ਪਹਿਲਾਂ ਉਹ ਦੂਸਰਾ ਸੀ ਕਹਿੰਦਾ ਡਿਪਟੀ, ਉਹ ਹੁਣ 17 ਮਹੀਨੇ ਮਗਰੋਂ ਫਿਰ ਕਹਿੰਦਾ ਘਰ ਨੂੰ ਜਾਓ। ਇਹ ਇਹ ਕੀ ਹਿਸਾਬ ਕਿਤਾਬ ਆ ਜੁਡੀਸ਼ਰੀ ਆਪਣੇ ਤੋਂ? ਮੈਨੂੰ ਲੱਗਦਾ ਵੀ ਬੜੀ ਇਨਫਲੂਐਂਸ ਇਹ ਚੱਲ ਰਹੀ ਆ। ਥੈਂਕ ਯੂ ਜੀ ਵੈਰੀ ਮਚ ਜੀ। ਜੀ ਬੜੀ ਸਾਹਿਬ, ਜਿਹੜੀ ਜੁਡੀਸ਼ਰੀ ਹੈ ਜੀ, ਉਹ ਸੰਵਿਧਾਨ ਦੇ ਮੁਤਾਬਕ ਚੱਲਦੀ ਨਾ, ਉਹ ਵਿਧਾਨ ਸਭਾ ਦੇ ਮੁਤਾਬਕ ਚੱਲਦੀ ਆ, ਤੇ ਨਾ ਉਹ ਕਾਰਜਪਾਲਿਕਾ ਦੇ ਮੁਤਾਬਕ ਚੱਲਦੀ। ਉਹ ਵਿਧਾਨ ਵੇਖਦੀ 2018 ਤੋਂ ਪਹਿਲਾਂ ਬਕਾਇਦਾ ਤੌਰ ਤੇ NSA ਦੇ ਤਹਿਤ ਇਹ ਬੇਲ ਦੇ ਦਿੰਦੇ ਹੁੰਦੇ ਸੀ ਈਡੀ ਨੂੰ, ਜਿਹੜੀ ਕਾਨੂੰਨ ਕੀ ਕਹਿੰਦਾ। ਲੇਕਿਨ 2018 ਦੇ ਵਿੱਚ ਇਹਨਾਂ ਨੇ ਇੱਕ ਕਾਨੂੰਨ ਪਾਸ ਕਰਤਾ ਬਕਾਇਦਾ ਤੌਰ ਤੇ ਲੋਕ ਸਭਾ ਦੇ ਵਿੱਚ, ਵੀ ED ਦੀ ਸਹਿਮਤੀ ਤੋਂ ਬਗੈਰ ਉਹਦੇ ਕਿਸੇ ਵੀ ਕੇਸ ਕਿਸੇ ਨੂੰ ਜ਼ਮਾਨਤ ਨਾ ਦਿੱਤੀ ਜਾਵੇ। ਉਹ ਇੱਕ ਕਾਨੂੰਨ ਬਣ ਗਿਆ, ਉਹ ਇੱਕ ਧਾਰਾ ਬਣ ਗਈ। ਜਦੋਂ ਧਾਰਾ ਬਣ ਗਈ ਤੇ ਫਿਰ ਉਹਨੂੰ ਵੇਖਣਾ ਪੈਂਦਾ ਵਾ ਜੁਡੀਸ਼ਰੀ ਨੂੰ, ਉੱਥੇ ਸੁਪਰੀਮ ਕੋਰਟ ਕੁਛ ਵੀ ਨਹੀਂ ਕਰ ਸਕਦਾ। ਕਹਿ ਦਿੱਤਾ ਸੀ ਪਿੱਛੇ ਜੱਜ ਨੇ ਵੀ ਵੇਖੋ, ਜਿਹੜੀ ਕਾਨੂੰਨ ਹੈ ਕਾਨੂੰਨ ਨੂੰ ਵੇਖਣਾ, ਅਸੀਂ ਸਾਡਾ ਕਿਸੇ ਨੂੰ ਲੈਣਾ ਦੇਣਾ ਨਹੀਂ ਹੈਗਾ। ਹਾਂ, ਜੇ ਕਿਤੇ ਬਕਾਇਦਾ ਤੌਰ ਤੇ ਉਹ ਕਾਨੂੰਨ ਜਾਂ ਮਤਾ ਨਾ ਪਾਸ ਕੀਤਾ ਹੁੰਦਾ ਤੇ ਕੇਜਰੀਵਾਲ ਨੂੰ ਇੱਕ ਹਫ਼ਤਾ ਅੰਦਰ ਨਹੀਂ ਰੱਖ ਸਕਦੇ, ਬੇਲ ਦੇਣੀ ਪੈਣੀ ਸੀ ਇਹਨਾਂ ਨੂੰ। ਲੇਕਿਨ ਫਿਰ ਵੀ ਮੈਂ ਸੋਚਦਾ ਵੀ ਜਿਹੜੀ ਗੱਲ ਉਹ ਪਲੀ ਲੈਂਦੇ ਨੇ, ਉਹ ਵੀ ਪਲੀ ਬੜੀ ਵੱਡੀ ਹੈ। ਪਲੀ ਹੁਣ ਇਹ ਲੈਂਦੀ ਆ ਜੁਡੀਸ਼ਰੀ, ਇਹ ਲੈਂਦੀ ਸੁਪਰੀਮ ਕੋਰਟ ਵੀ, ਵੇਖੋ ਹੁਣ ਤੱਕ ਇਸ ਗੱਲ ਨੂੰ 90 ਦਿਨ ਹੋ ਗਏ ਜਾਂ 120 ਦਿਨ ਹੋ ਗਏ ਆ, ਇੰਨਾ ਸਮਾਂ ਹੋਣ ਤੇ ਬਾਅਦ ਜੇ ਕੇਸ ਨੂੰ ਚਲਾਇਆ ਤੁਸੀਂ ਦੇ ਖਿਲਾਫ਼, ਜੇ ਕੇਸ ਨੀ ਚਲਾਇਆ ਤੇ ਫਿਰ ਇਹਨੂੰ ਇਹ ਬੇਲ ਦਾ ਵੀ ਹੱਕਦਾਰ, ਇਹਨੂੰ ਬੇਲ ਦੇਣੀ ਪਊਗੀ। ED ਕੋਲ ਕੋਈ ਜਵਾਬ ਨੀ ਹੁੰਦਾ, ਜਦੋਂ ਕੋਈ ਜਵਾਬ ਨੀ ਹੁੰਦਾ ਮਤਲਬ ਸਹਿਮਤੀ ਹੋ ਗਈ। ਇਸ ਕਰਕੇ ਜਿਹੜੀ ਕੋਰਟ ਨਿਆਂਪਾਲਿਕਾ ਵਾ ਉਹ ਕਾਨੂੰਨ ਵੇਖਦੀ ਹੈ, ਕਾਨੂੰਨ ਕੀ ਦੀ ਉਹਦੀਆਂ ਧਰਾਵਾਂ ਕੀ ਕਹਿੰਦੀਆਂ, ਉਹਨੇ ਤੇ ਸੰਵਿਧਾਨ ਵੇਖਣਾ, ਕਾਨੂੰਨ ਵੇਖਣਾ, ਬਾਕੀ ਉਹਦਾ ਕੋਈ ਲੈਣਾ ਦੇਣਾ ਨਹੀਂ। ਹਾਂ, ਕੁਛ ਫੈਸਲਿਆਂ ਦੇ ਵਿੱਚ ਬਕਾਇਦਾ ਤੌਰ ਤੇ ਜਿਵੇਂ ਇੰਦਰਾ ਗਾਂਧੀ ਨੇ ਆਪਣਾ ਫੈਸਲਾ ਆਹਲਾ ਵਧਾਈ ਕੋਰਟ ਦਾ ਪਟਨਾ ਪੱਟਾ ਪਲਟਾ ਲਿਆ ਸੀ ਸੁਪਰੀਮ ਕੋਰਟ, ਹਾਂਜੀ ਹੁੰਦੇ ਨੇ, ਕੋਈ ਇਹ ਨੀ ਗੱਲ ਨੀ ਹੁੰਦੇ ਨੇ, ਲੇਕਿਨ ਬਹੁਤ ਰੇਅਰ ਹੁੰਦੇ ਨੇ। ਬਹੁਤ ਬਹੁਤ ਸ਼ੁਕਰੀਆ ਪਟ ਸਾਹਿਬ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਗਲੇ 2-3 ਸਵਾਲ ਨੇ। ਇੱਕ ਤਾਂ ਭਗਵੰਤ ਮਾਨ ਜੀ ਸਮੇਤ ਪਰਿਵਾਰ ਹਜ਼ੂਰ ਸਾਹਿਬ ਗਏ ਨੇ, ਚਰਚਾ ਛਿੜੀ ਹੋਈ ਹੈ, ਔਰ ਇੱਕ ਦੋ ਕੁਸ਼ਚਨ ਅਹਿਮ ਨੇ। ਸੁਖਬੀਰ ਸਿਆਂ, ਜੇਕਰ ਤਾਂ ਪੰਥ ਦੀ ਆਵਾਜ਼ ਸੁਣ ਕੇ ਨਹੀਂ ਸਾਈਡ 'ਤੇ ਹੁੰਦੇ ਤਾਂ ਫਿਰ ਪੰਥ ਲਾਉਣਾ ਜਾਣਦਾ, ਇਹਦੀ ਖਲਦੇ ਆ ਜੀ ਗੱਲਬਾਤ। ਕਿੰਨੇ ਦਿੱਤਾ ਬਿਆਨ? CMR 1320 ਮੀਟਰ ਬੈਂਡ ਰੇਡੀਓ ਪ੍ਰੋਗਰਾਮ ਅਗਲਾ ਪੰਜਾਬ। ਪਟ ਸਾਹਿਬ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। ਥੈਂਕ ਯੂ। ਇਹ ਸਾਡੀ ਸਰਦਾਰ ਜਸਬੀਰ ਸਿੰਘ ਜੀ ਪੱਟੀ, ਮੈਂ ਤੁਹਾਡਾ ਦੋਸਤ ਹੋ ਦਿਲਬਾਗ ਸਿੰਘ ਚਾਵਲਾ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆ ਰਿਹਾ ਹਾਂ। ਸਾਹਿਬ, ਇੱਕ ਵਾਰੀ ਫਿਰ ਤੋਂ ਸਵਾਗਤ ਹੈ, ਸ਼ੁਕਰੀਆ ਜੀ। ਅੱਛਾ, ਚਲੋ ਗੱਲਬਾਤ ਚੱਲੀ ਹੈ ਕਿ ਜਿਹੜੀ
ਔਰ ਜਿਹੜਾ ਬਾਕੀ ਤਾਂ ਠੀਕ ਸੀਗੀ, ਉਹ ਕਹਿੰਦੇ ਗੈਰਾਂ ਦੀਆਂ ਵੱਟਿਆਂ ਦੀ ਸਾਨੂੰ ਪੀੜ ਰਤਾ ਨਾ ਹੋਈ, ਆਪਣਿਆਂ ਨੇ ਫੁੱਲ ਮਾਰਿਆ, ਸੱਜਣਾਂ ਨੇ ਫੁੱਲ ਮਾਰਿਆ, ਸਾਡੀ ਰੂਹ ਅੰਬਰਾਂ ਤੱਕ ਰੋਈ। ਭਾਈ ਗੁਰਦੀਪ ਸਿੰਘ ਖੇੜਾ ਹੋਣਾ ਬਾਰੇ ਹੀ ਚੱਲਦੀ ਪਈ ਸੀ ਕੱਲ੍ਹ ਗੱਲ, ਵੀ ਕੋਈ ਲਾਲਚ ਹੈ ਜਾਂ ਕਿ ਅਧੂਰੀ ਇਨਫੋਰਮੇਸ਼ਨ ਹੈ, ਜਾਂ ਆਲੇ ਦੁਆਲੇ ਤੋਂ ਜਿਹੜੀ ਇਨਫੋਰਮੇਸ਼ਨ ਮਿਲੀ ਆ ਉਹਦੇ ਮੁਤਾਬਕ ਇਹ ਦੂਸ਼ਣਬਾਜ਼ੀ ਕਰ ਰਹੇ ਨੇ, ਕਿ ਤਹਿ ਤੱਕ ਵੀ ਗਏ ਨੇ ਕਿਸੇ। ਚਲੋ ਭਾਈ ਜਸਬੀਰ ਸਿੰਘ ਹੋਣਾ ਬਾਰੇ ਚਲੋ ਆਪ ਖੁੱਲ੍ਹੇ ਭੇਦ ਦੇ ਵਿੱਚ ਵੀ ਕਈ ਕੁਝ ਲਿਖਿਆ, ਮਾਨ ਸਾਹਿਬ ਵੱਲ ਵੀ ਮਿੰਗੀਆਂ ਟੇਢੀਆਂ ਉਂਗਲਾਂ ਲੋਕਾਂ ਦੀਆਂ ਉੱਠਦੀਆਂ ਨੇ, ਕੀ ਕਹਿਣਾ ਚਾਹੋ? ਗੱਲ ਜੀ, ਬਾਦਲ ਕਿੱਦਾਂ ਦੁੱਧ ਧੋਤੇ ਨਜ਼ਰ ਆ ਰਹੇ ਨੇ? ਸਭ ਤੋਂ ਵੱਡੀ ਗੱਲ ਤਾਂ ਇਹ ਪੁੱਛ ਰਿਹਾ ਸੀ ਵੀਰ ਕਿ ਬਾਦਲ ਕਿਵੇਂ ਸਾਫ਼ ਸੁਥਰੇ ਨਜ਼ਰ ਆ ਰਹੇ ਨੇ, ਬਾਦਲ ਗਰੁੱਪ ਕਿਵੇਂ ਸਾਰਾ ਸਾਫ਼ ਸੁਥਰਾ ਨਜ਼ਰ ਆ ਰਿਹਾ? ਖੇੜਾ ਸਾਹਿਬ ਦੇ ਉਹਨਾਂ ਦੇ ਮੰਚ ਤੋਂ ਆ ਰਹੀਆਂ ਵਾ, ਚੋਣਾਂ ਆ ਰਹੀਆਂ, ਸ਼ਾਇਦ ਸੁਖਬੀਰ ਸਾਡੇ ਖਹਿਰਾ ਸਾਹਿਬ ਨੇ, ਖੇੜਾ ਸਾਹਿਬ ਨੇ, ਉਹਨਾਂ ਨੂੰ ਆਸ ਹੋਵੇ ਵੀ ਸਾਨੂੰ ਟਿਕਟ ਮਿਲ ਜਾਏਗੀ ਉੱਥੇ। ਇਸੇ ਹਲਕੇ ਤੋਂ ਹੀ ਤੁਹਾਨੂੰ ਪਤਾ ਵਾ, ਭਾਈ ਅਮਰੀਕ ਸਿੰਘ ਹੋਰਾਂ ਨੂੰ ਜੀਵਨ ਸਿੰਘ ਉਮਰਾ ਨੰਗਲ ਨੇ ਬਕਾਇਦਾ ਤੌਰ ਤੇ ਆਪਣਾ ਮੰਤਰੀ ਮੰਡਲ ਤੋਂ ਅਸਤੀਫਾ ਦੇ ਕੇ ਟਿਕਟ ਲੈ ਕੇ ਹਰਾਇਆ ਸੀ। ਉਹੀ ਹਲਕਾ ਹੈ, ਉਹੀ ਹਲਕਾ। ਇਸ ਕਰਕੇ ਪੋਸੀਬਿਲਿਟੀ ਵੀ ਐਸੀ ਪੀਸੀ ਦੀ ਚੋਣਾਂ ਵਿੱਚ ਉਹਨੂੰ ਕੋਈ ਲਾਲਚ ਦਿੱਤਾ ਵੀ ਭਾਈ ਤੂੰ ਸਾਡਾ ਸਾਥ ਦੇ, ਅਸੀਂ ਤੇਰਾ ਸਾਥ ਦੇ, ਤੈਨੂੰ ਟਿਕਟ ਦੇ ਦਿਆਂਗੇ, ਤਾਂ ਪੋਸੀਬਿਲਿਟੀ ਕੁਛ ਨੀ ਕਹਿ ਸਕਦਾ। ਇਸੇ ਸੰਦਰਭ ਦੇ ਵਿੱਚ ਹੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਵੀ ਸਾਡੀ ਇਹਨਾਂ ਨਾਲ ਕੋਈ ਜਾਤੀ ਹੋ ਸਕਦੀ ਹੈ, ਸਾਡੀ ਕੋਈ ਸਿਆਸੀ ਸਥਿਤੀ ਕੋਈ ਨੀ ਹੈਗੀ, ਅਸੀਂ ਤੇ ਬੰਦੀ ਸਿੰਘਾਂ ਚ ਇਹਦੀ ਵੀ ਰਹਿਣ ਦੀ ਮੰਗ ਕੀਤੀ ਹੈ, ਬਕਾਇਆ ਤੌਰ ਤੇ ਮੋਰਚਾ ਲੱਗਾ ਤੇ ਨਾਲ ਤੁਰੇ ਸੀ ਇਹਨਾਂ ਦੇ, ਲੇਕਿਨ ਉਹਨਾਂ ਕਿਹਾ ਵੀ ਸ਼ਾਇਦ ਉਹਨਾਂ ਨੂੰ ਕੋਈ ਲਾਲਚ ਹੋਊ, ਲਾਜਤਾ ਹੋ ਗਿਆ, ਕਿਉਂਕਿ ਉਹਨੇ ਇਹ ਗੱਲ ਕਹੀ ਸੀਗੀ ਚਾਰ ਟੰਗਾਂ ਵਾਲੀ ਕੁਰਸੀ, ਕਹਿੰਦੇ ਜਿਹੜੇ ਪਹਿਲਾਂ ਤੇ ਬਈ ਪਹਿਲਾਂ ਆਪਣੇ ਆਪ ਨੂੰ ਕਹਿੰਦੇ ਸੀ ਖਾਲਿਸਤਾਨ ਦੇ ਬਕਾਇਦਾ ਤੌਰ ਤੇ ਬੜੇ ਹਾਮੀ, ਅਸੀਂ ਖਾਲਿਸਤਾਨ ਸਾਡੀ ਕੋਈ ਹੋਰ ਮੰਗ ਨੀ ਹੈਗੀ, ਆ ਪਾਸਪੋਰਟ ਅਸੀਂ ਤੁਸੀਂ ਜਾਣ ਵਾਸਤੇ ਰੱਖਿਆ, ਅਸੀਂ ਪਾਸਪੋਰਟ ਵੀ ਨੀ ਮੰਗਦੇ ਇਹਨਾਂ ਦੇ ਨੂੰ, ਤੇ ਅੱਜ ਇਲੈਕਸ਼ਨ ਲੜ ਕੇ ਉਸੇ ਸੰਵਿਧਾਨ ਦੇ ਤਹਿਤ ਚਾਰ ਟੰਗਾਂ ਵਾਲੀ ਕੁਰਸੀ ਸਿਰ ਫੜਾ ਕੇ ਬੈਠੇ ਨੇ। ਉਹਨੇ ਕਿਹਾ ਜੀ ਅਸੀਂ ਕੁਛ ਵੀ ਨਹੀਂ ਕਹਿਣਾ, ਪਰ ਮੈਂ ਇਹ ਗੱਲ ਕਿੱਦਾਂ ਵੀ ਨਾ ਕਹਿ ਸਕਦੇ ਤੇ ਕੋਈ ਨਾ ਕੋਈ ਲਾਲਚ ਜ਼ਰੂਰ ਹੋਊਗਾ ਭਾਈ ਖੜਾ ਨੂੰ, ਉੱਦਾਂ ਕੁਛ ਨਹੀਂ। ਚਲੋ ਲਾਲਚ, ਹੁਣ ਲਾਲਚ ਤੇ ਗੱਲ ਤੇ ਸੰਵਿਧਾਨ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਵੀ ਕਾਪੀਆਂ ਸਾੜੀਆਂ ਸੀ, ਉਸੇ ਸਿਲਸਿਲੇ ਦੇ ਵਿੱਚ ਹੋ ਸਕਦਾ ਖੇੜਾ ਸਾਹਿਬ ਤੁਸੀਂ ਵੀ ਘਰੋਂ ਤੁਰੇ ਹੋਵੋ ਜੀ, ਕਿ ਜੀ ਉਮਰ ਦਾ ਕਿਆ ਸਾ, ਉਮਰ ਦਾ ਕਿਆਦਾ ਲਾਈਏ ਤੇ ਉਹਨਾਂ ਕੀ ਆ ਉਮਰ, ਹਾਂਜੀ ਬਹੁਤੇ ਕੋ ਹੈ ਨਹੀਂ ਕਿ 70ਵੇਂ ਦੇ ਜੋ ਹੋਗੇ ਨੇ, ਇਹ ਵੱਧ ਤੋਂ ਵੱਧ 55-58-60 ਸਾਲ ਦੇ ਹੋਣਗੇ, ਤੇ 40 ਸਾਲ ਪਹਿਲਾਂ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਜਾ ਕੇ ਦਿੱਲੀ ਦੇ ਵਿੱਚ ਸੰਵਿਧਾਨ ਦੀਆਂ ਕਾਪੀਆਂ ਸਾੜੀਆਂ ਸੀ, ਉਹਨਾਂ ਨੇ ਮੁੜ ਕੇ ਰਾਜ ਕੀਤਾ। ਸਮੇਂ ਦਾ ਵੇਗ ਆ, ਸਮੇਂ ਦਾ ਵੇਗ ਆ, ਸਮੇਂ ਦੇ ਨਾਲ ਉਤਰਾਅ ਚੜਾਅ ਰਾਜਨੀਤੀ ਵਿੱਚ ਆਉਂਦਾ। ਚਲੋ ਖੈਰ ਆਪਾਂ ਅੱਗੇ ਵੱਧਦੇ ਹਾਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਇੱਕ ਕੁੜੀ ਅਜੇ ਉਹਨੇ ਇੱਕ ਮੈਂ ਪੜਿਆ ਉਹਦਾ ਉੱਤੇ ਬੜਾ ਵਧੀਆ ਲਿਖਿਆ ਸੀਗਾ, ਕਹਿੰਦੀ ਸ਼ੇਰਾਂ ਨੂੰ ਖਾਂਦੇ ਸ਼ੇਰ ਵੇਖੇ, ਬਾਜਾਂ ਨੂੰ ਪੈਂਦੇ ਬਾਜ ਦੇਖੇ, ਆਹਾ ਇੱਥੇ ਬੰਦੇ ਨੂੰ ਬੰਦਾ ਵੱਢੀ ਜਾਂਦਾ, ਬਾਂਦਰਾਂ ਨੂੰ ਮਿਲਦੇ ਤਾਜ ਵੇਖੇ, ਤਾਜ ਵੇਖੇ, ਕੀ ਬਾਤ ਹੈ, ਆਪਣੇ ਹੀ ਪਿੱਠ ਤੇ ਵਾਰ ਕਰ, ਇੱਜ਼ਤਾਂ ਨੂੰ ਲਾਉਂਦੇ ਦਾਜ ਵੇਖੇ, ਸਰ ਕਿਸੇ ਦਾ ਜੋ ਸਵਾਦ ਦਿੰਦੇ, ਸੁੱਕ ਦੇ ਉਹਨਾਂ ਦੇ ਇੱਥੇ ਬਾਗ ਵੇਖੇ, ਉਹ ਥਾਲੀ ਵਿੱਚ ਖਾ ਕੇ ਛੇਕ ਕਰਦੇ, ਦੁੱਧ ਪੀ ਕੇ ਦੱਸਦੇ ਬਾਗ ਵੇਖੇ, ਵਿੱਚ ਵਿਆਹਾਂ ਦੇ ਚੀਕ ਚਿਹਾੜੇ ਨੇ, ਮਰਗਾਂ ਤੇ ਬਾਗ ਦੇਖੇ, ਬੋਲੀ ਮੁਰਦਿਆਂ ਦੀ ਲੱਗਦੇ ਇੱਥੇ ਮਸਜਿਦ ਮੀਆਂ, ਤਲਿਆਂ ਨੂੰ ਮਿਲਦੇ ਲਾਗ ਵੇਖੇ।
ਜਿਹੜੇ ਲੋਕ ਗੱਲਾਂ ਜੋੜਨ ਦੇ ਉੱਥੇ ਵੇਲੇ ਮਿੰਟੋ ਮਿੰਟ। ਅੱਛਾ ਜੀ, ਗੱਲ ਕਰੀਏ ਭੱਟੀ ਸਾਹਿਬ, ਹੁਣ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਪਤਿਤ ਨੂੰ ਸਨਮਾਨਿਤ ਕਰਨਾ ਮਰਿਆਦਾ ਦੇ ਉਲਟ ਹੈ। ਆਏ ਹਾਏ ਹਾਏ, ਹੁਣ ਕੀ ਪੋਤੜੇ ਹੋਏ। ਜੇ ਮੈਂ ਕਹਿ ਦਿਆ ਵੀ ਅੱਜ ਕੱਲ ਸੁਖਬੀਰ ਸਿੰਘ ਬਾਦਲ ਦਾ ਫੋਬੀਆ ਜਿਹੜਾ ਵਾ ਸਰਨੇ ਤੇ ਹੋਇਆ, ਤੇ ਮੇਰੇ ਖਿਆਲ ਕੋਈ ਅੱਤ ਤੱਕ ਨਹੀਂ। ਹੌਲੀ ਬੋਲੋ, ਪਹੁੰਚ ਜਾਣਾ ਮੈਸੇਜ ਤੁਹਾਡਾ ਉੱਥੇ। ਇਹ ਦੇਖੋ ਗੱਲ ਸਹੀ ਨਹੀਂ ਹੈਗੀ। ਕੋਈ ਗੱਲ, ਕੋਈ ਗੱਲ, ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੈਗੇ ਹੋ, ਇਹ ਕਿੱਦਾਂ ਕੀਤੀ ਹੈਗੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਮੇਤ ਹਜ਼ੂਰ ਸਾਹਿਬ ਨਤਮਸਤਕ ਹੋਏ ਨੇ। ਮੁੱਖ ਮੰਤਰੀ ਹੈ, ਉਹਨਾਂ ਨੂੰ ਵੇਖੋ ਸਨਮਾਨਿਤ ਕੀਤਾ ਗਿਆ, ਇਹ ਮਰਿਆਦਾ ਦੇ ਉਲਟ ਹੈ। ਕਿ ਇਦੋਂ ਪਹਿਲਾਂ ਜਿਹੜੇ ਇਸ ਤਰ੍ਹਾਂ ਦੇ ਮਤਲਬ ਦਾੜੀ ਕੱਟੀ ਵਾਲੇ, ਚਲੋ ਭਗਵੰਤ ਮਾਨ ਜੀ ਦਾੜੀ ਕੱਟਦੇ ਨੇ, ਹੋ ਸਕਦਾ ਪੱਗ ਬੰਨੀ ਆ, ਵਾਲ ਰੱਖੇ ਜਾਂ ਨਹੀਂ ਰੱਖੇ, ਪਰ ਕਿੰਨੇ ਆਏ ਨੇ ਇਹਨਾਂ ਨੂੰ ਸਰੋਪਾ ਉਹ ਦਿੱਤੇ ਜਾਂਦੇ ਰਹੇ ਨੇ। ਜਿਹੜੀ ਬੀਬੀ ਸ਼ੀਲਾ ਦੇਖ ਸੀਗੀ ਉਹਨੂੰ ਸਰੂਪੇ ਤੋਂ ਦਿੱਤੇ ਗਏ। ਤੁਸੀਂ ਬਕਾਇਦਾ ਤੌਰ ਤੇ ਰਾਹੁਲ ਗਾਂਧੀ ਨੂੰ ਸਰੂਪੇ ਦੇ ਰਹੇ, ਬੁਲਾ ਕੇ ਕਿਉਂ ਦਿੱਤੇ ਗਏ? ਦੇਖੋ ਮੈਂ ਤੁਹਾਨੂੰ ਕਹਿਤਾ ਫੋਬੀਆ ਜਿੰਦੇ ਬੰਦੇ ਫੋਬੀਆ ਹੋ ਜਾਂਦਾ, ਸੋਚਦੇ ਕੁਛ ਇੱਕੋ ਗੱਲ ਸੋਚਦੀ ਹੁੰਦੀ, ਬਸ ਇਹ ਠੀਕ, ਬਾਕੀ ਸਭ ਗਲਤ। ਮੁੱਖ ਮੰਤਰੀ ਸਾਹਿਬ ਆਪਣੀ ਪਤਨੀ ਨਾਲ, ਆਪਣੀ ਬੇਟੀ ਨਾਲ, ਆਪਣੀ ਮਾਂ ਨਾਲ ਹੋਰ ਅਮਲਾ ਫਿਰ ਨਾਲ ਜਾਣੇ ਹੁੰਦਾ, ਤੁਹਾਨੂੰ ਪਤਾ ਹੀ। ਉਹਨਾਂ ਜਾ ਕੇ ਹਜ਼ੂਰ ਸਾਹਿਬ ਮੱਥਾ ਟੇਕਿਆ, ਰਵਾਇਤ ਅਨੁਸਾਰ ਜੋ ਉੱਥੋਂ ਜਿਸ ਤਰੀਕੇ ਨਾਲ ਉੱਥੇ ਪ੍ਰਸ਼ਾਦ ਚੜਾਉਂਦੇ, ਪ੍ਰਸ਼ਾਦ ਚੜਾਇਆ ਵਾ, ਰਮਾਲੇ ਚੜਾਏ ਨੇ ਬਕਾਇਦਾ ਤੌਰ ਤੇ। ਉਹਨਾਂ ਨੇ ਰਵਾਇਤੀ ਜਿਸ ਤਰੀਕੇ ਦੀ ਸਨਮਾਨਿਤ ਕਰਨ ਦੀ ਰਵਾਇਤ ਹੈ, ਉਹ ਗੱਲ ਚ ਹਾਰ ਵੀ ਪਾਉਂਦੇ ਆ, ਬਕਾਇਦਾ ਤੌਰ ਤੇ ਸਿਰ ਤੇ ਪੱਗ ਵੀ ਬੰਨਦੇ ਨੇ। ਜਿਹੜਾ ਸਰੋਪਾ ਨੇ ਉਹ ਪੱਗ ਟਾਈਪ ਉਦੋਂ ਪੱਗ ਦੇ ਉੱਤੇ ਬੰਨਦੇ ਨੇ, ਉਹਨਾਂ ਦੇ ਗੱਲ ਚ ਚੋਲਾ ਵੀ ਪਾਉਂਦੇ ਨੇ। ਪੂਰਾ ਸਤਿਕਾਰ ਕੀਤਾ ਵੀ ਮੁੱਖ ਮੰਤਰੀ ਹੈ, ਨਾਲੇ ਪਹਿਲੀ ਵਾਰੀ ਜ਼ਰੂਰੀ ਕਰਨ ਲੱਗੇ ਉੱਥੇ ਸਾਰੇ ਮੁੱਖ ਮੰਤਰੀ ਦੇ ਕੰਮ ਜਿਹੜੇ ਉੱਥੇ ਹੁੰਦਾ। ਹੁਣ ਉਹਨਾਂ ਨੂੰ ਸਨਮਾਨਿਤ ਕੀਤਾ ਵਾ, ਸਨਮਾਨਿਤ ਕਰਨ ਤੋਂ ਬਾਅਦ ਬਕਾਇਦਾ ਤੌਰ ਤੇ ਉਹਨਾਂ ਮੀਡੀਆ ਦਾ ਵੀ ਚਾਰ ਕੁ ਲਫ਼ਜ਼ ਗੱਲਬਾਤ ਕੀਤੀ ਹੈ ਵੀ ਮੀਡੀਆ ਚ ਉਹਨਾਂ ਨੇ ਇੰਨੀ ਗੱਲ ਕਹੀ ਆ ਵੀ ਵੇਖੋ ਅਸੀਂ ਆਏ ਹਾਂ ਇੱਥੇ ਮੱਥਾ ਟੇਕਿਆ ਵਾ, ਬੜਾ ਸਕੂਨ ਮਿਲਿਆ, ਤਾਕਤ ਹੈ ਸਾਡਾ, ਅੱਜ ਅਸੀਂ ਮੱਥਾ ਟੇਕਿਆ ਵਾ, ਆਸ਼ੀਰਵਾਦ ਲਿਆ, ਤੇ ਕੱਲ ਨੂੰ ਅਸੀਂ ਬਕਾਇਦਾ ਤੌਰ ਤੇ ਇੱਥੋਂ ਦੇ ਜਿਹੜੇ ਸਾਡੇ ਹੈਗੇ ਨੇ ਨਾਗਰਿਕ ਦੇ ਆਪਣੇ ਵਪਾਰੀ ਹੈਗੇ ਨੇ, ਜਿਹੜੇ ਇੱਥੋਂ ਦੇ ਇੰਡਸਟਰੀਅਲਿਸਟ ਹੈਗੇ ਨੇ, ਫਿਲਮੀ ਹਸਤੀ ਨੇ, ਉਹਨਾਂ ਨਾਲ ਮੀਟਿੰਗ ਕਰਾਂਗੇ। ਮਤਲਬ ਮਿਸ਼ਨ ਤੇ ਉਹਨਾਂ ਦਾ ਉਹੀ ਹੈ, ਮਿਸ਼ਨ ਬਕਾਇਦਾ ਤੌਰ ਤੇ ਉਹਨਾਂ ਦਾ ਉਹੀ ਆ ਵੀ ਅਸੀਂ ਆਪਣੇ ਪੰਜਾਬ ਵਾਸਤੇ ਕੁਛ ਕਰਨਾ ਵਾ। ਲੇਕਿਨ ਉਹ ਪੰਜਾਬ ਦੇ ਘਰ ਦੇ ਵਿੱਚ ਜਿਹੜਾ ਬਕਾਇਦਾ ਤੌਰ ਤੇ ਜੇ ਉਹ ਉੱਥੇ ਮੱਥਾ ਟੇਕਣਗੇ, ਗੁਨਾਹ ਕੀ ਕਰਤਾ ਉਹਨਾਂ ਨੇ? ਨਾਲੇ ਇਹ ਗੱਲ ਕਹਿਣਾ, ਇਹ ਮਰਿਆਦਾ ਦੇ ਉਲਟ ਆ। ਮੈਨੂੰ ਇਹ ਦੱਸ ਦਿਓ ਵੀ ਕਿਹੜਾ ਮਰਿਆਦਾ ਦੇ ਉਲਟ ਨਹੀਂ ਸੀਗਾ ਜਦੋਂ ਤੇ ਤੁਹਾਡੀ ਆਪਣੀ। ਹੁਣ ਵੇਖੋ ਪਹਿਲਾਂ ਤੇ ਜਦੋਂ ਆਉਂਦਾ ਰਾਮੂ ਵਾਲੀਆ ਇੱਥੇ, ਉਹਨੂੰ ਕਹਿੰਦੇ ਤੇਰੀ ਦਾੜੀ ਰੰਗੀ, ਤੈਨੂੰ ਸਰੋਪਾ ਨਹੀਂ ਦੇਣਾ। ਤੇ ਜਦੋਂ ਉਹ ਬਾਦਲ ਨਾਲ ਚ ਖਲਵਾ ਜਾਂਦਾ, ਸ਼ਾਮਲ ਹੋ ਜਾਂਦਾ, ਤਾਂ ਫਿਰ ਸਰੋਪ ਵੀ ਮਿਲ ਜਾਂਦੇ, ਤਿਉਹਾਰ ਵੀ ਮਿਲ ਜਾਂਦੇ, ਸਭ ਕੁਛ ਮਿਲ ਜਾਂਦਾ। ਫਿਰ ਮੁੜ ਕੇ ਮਰਿਆਦਾ ਨਹੀਂ ਹੁੰਦੀ ਜਿਹੜੀ ਤੁਹਾਡੀ ਰਹਿਤ ਮਰਿਆਦਾ ਉਹ ਜੀ, ਦਾੜੀ ਰੰਗੀ ਦਾ ਤਾਂ ਜ਼ਿਕਰ ਹੀ ਨਹੀਂ ਹੈ ਕਦੇ, ਜ਼ਿਕਰ ਹੀ ਨਹੀਂ ਹੈਗਾ। ਆ ਮੇਰੇ ਕੋਲ ਪਈ ਆ, ਬਿਲਕੁਲ ਨਹੀਂ, ਤੁਹਾਡੀ ਗੱਲ ਠੀਕ ਹੈ। ਜਿਹੜੇ ਇਹਦੇ ਵਿੱਚ ਨੇ, ਹੁਣ ਚਲੋ ਹੁਣ ਸਰਨਾ ਸਾਹਿਬ ਫ੍ਰੀ ਮਿਲਦੀ ਆ ਤੁਹਾਡੇ ਤੇ, ਚਲੋ ਹੁਣ ਸਰਨਾ ਸਾਹਿਬ ਚਲੋ ਸਾਡੇ ਮਿੱਤਰਾਂ ਦੇ ਵਿੱਚ ਨੇ, ਭਾਵੇਂ ਹੁਣੇ ਫੋਨ ਕਰ ਲਈ ਉਹਨਾਂ ਨੇ ਚੱਕ ਲੈਣਾ, ਐਡੀ ਕੋਈ ਗੱਲ ਨਹੀਂ। ਪਰ ਗਲਤ ਹੀ ਹੈ ਨਾ ਵੀ ਇਸ ਰਹਿਤ ਮਰਿਆਦਾ ਦੀ ਗੱਲ ਕਰਦੇ ਹੋ ਜਾਂ ਕਿਸੇ ਹੋਰ ਰਹਿਤ ਮਰਿਆਦਾ ਦੀ ਗੱਲ ਕਰਦੇ ਹੋ? ਇਸ ਰਹਿਤ ਮਰਿਆਦਾ ਦੇ ਮੁਤਾਬਕ ਤਾਂ ਕਿਸੇ ਦੇਹਧਾਰੀ ਨੂੰ ਮੱਥਾ ਟੇਕਣ ਵਾਲਾ ਵੀ ਪਤਤ ਆ।
ਬਿਲਕੁਲ ਤੇ ਉਹ ਪਤ ਤੁਹਾਡੇ ਪੰਥਕ ਰਤਨ ਹੋ ਗਏ ਤੇ ਉਹਨਾਂ ਨੂੰ ਤੁਸੀਂ ਸਰੋਪਾ ਦੇ ਦਿਓ, ਆਪੇ ਮੈਂ ਰੱਜੀ ਪੂਜੀ, ਆਪੇ ਮੇਰੇ ਬੱਚੇ ਜੀਣ। ਬਿਲਕੁਲ ਗੱਲ ਤੁਹਾਡੀ ਸਹੀ ਹੈ, ਗੱਲ ਤੇ ਆ ਚਿੱਥਣਾ, ਗੱਲ ਤੇ ਆ ਗੱਲ ਨੂੰ ਚਿੱਥਣਾ। ਤੁਸੀਂ ਪੱਤਰਕਾਰੀ ਦਾ ਪਰੂਫ ਦਿੱਤਾ ਕਿ ਫੋਬੀਆ, ਉਹ ਨਾ ਮਤਲਬ ਕੁਰਸੀ ਹੈ ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਤੇ ਸਰਨਾ ਸਾਹਿਬ ਐਸੇ ਮੰਚ ਤੇ ਕਈ ਵਾਰੀ ਤੁਸੀਂ ਸਾਡੇ ਨਾਲ ਇੰਟਰਵਿਊ ਕੀਤੀ, ਆਹ ਲਓ ਰਹਿਤ ਮਰਿਆਦਾ ਦਿਖਾ ਰਹੇ ਤੁਹਾਨੂੰ, ਕਿੱਥੇ ਦਾੜੀ ਰੰਗਣ ਵਾਲਾ। ਚਲੋ ਇਹ ਤਾਂ ਵੀ ਜਦੋਂ ਤੁਸੀਂ ਮਨ ਮਰਜ਼ੀਆਂ ਕਰਨੀਆਂ ਨੇ, ਹੈਨਾ, ਜਿਹੜਾ ਤੁਹਾਨੂੰ ਚੰਗਾ ਲੱਗਾ ਉਹ ਠੀਕ ਆ, ਉਹਨੂੰ ਤੁਸੀਂ ਸਰੋਪਾ ਦੇ ਦਿੱਤਾ। ਅਸੀਂ ਭਗਵੰਤ ਮਾਨ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਨੂੰ ਰੋਜ਼ ਕ੍ਰਿਟੀਸਾਈਜ਼ ਕਰਦੇ ਹਾਂ, ਕਰਦੇ ਕਿ ਨਹੀਂ ਕਰਦੇ ਪੱਟੀ ਸਾਹਿਬ? ਬਿਲਕੁਲ ਬਿਲਕੁਲ, ਜਿਹੜੇ ਤੁਸੀਂ ਰਹਿਤ ਮਰਿਆ ਦੀ ਗੱਲ ਕੀਤੀ ਹੈ, ਪ੍ਰੋਫੈਸਰ ਸੁਖਦਿਆਲ ਸਿੰਘ ਕੀ ਕਹਿੰਦੇ, ਤੁਸੀਂ ਆਰਟੀਕਲ ਪੜ੍ਹਿਆ ਤਾਂ, ਮੇਰਾ ਸ਼ਰ ਪੜ੍ਹਿਆ ਹੋਵੇ, ਉਹਦੇ ਵਿੱਚ ਕਹਿੰਦੇ ਰਹਿਤ ਮਰਿਆਦਾ ਜਿਹੜੀ ਹੈ ਸਿੱਖ ਰਹਿਤ ਮਰਿਆਦਾ ਨਹੀਂ, ਖਾਲਸਾ ਰਹਿਤ ਮਰਿਆਦਾ, ਤੇ ਖਾਲਸਾ ਰਹਿਤ ਮਰਿਆਦਾ ਜਿਹੜੀ ਆ ਉਹ ਸਿਰਫ ਅੰਮ੍ਰਿਤ ਧਾਰੀ ਤੇ ਲਾਗੂ ਹੁੰਦੀ, ਬਾਕੀ ਕਿਸੇ ਲਾਗੂ ਨਹੀਂ ਹੁੰਦੀ। ਉਹ ਇਹ ਵੀ ਗੱਲ ਕਹਿੰਦੇ ਕਿ ਇਹ ਰਹਿਤ ਮਰਿਆਦਾ ਪ੍ਰਵਾਨਿਤ ਨਹੀਂ, 1932 ਤੋਂ ਲੈ ਕੇ 1936 ਤੱਕ ਇਹਦਾ ਖਰੜਾ ਤਿਆਰ ਕਰਕੇ ਐਗਜੀਕਿਊਸ਼ਨ ਨੂੰ ਭੇਜਿਆ ਸੀ ਵੀ ਤੁਸੀਂ ਇਹ ਚ ਕੋਈ ਸੁਧਾਰ ਕਰਨਾ ਕਰ ਦਿਓ ਤੇ ਸਾਨੂੰ ਭੇਜੋ, ਅਸੀਂ ਇਹਨੂੰ ਫਾਈਨਲ ਚਰਚ ਕਰ ਦਈਏ। ਚਲੋ ਸਮਾਂ ਨਹੀਂ ਬਣਿਆ, ਮੁੜ ਕੇ ਸਮਾਂ ਨਹੀਂ ਬਣਿਆ ਇਹਨੂੰ ਮੁੜ ਕੇ ਤਿਆਰ ਕਰਨ ਦਾ ਜਾਂ ਇਹਨੂੰ ਸੋਧਣ ਦਾ। ਸੋਧੀ ਤੇ ਵੈਸੇ ਬੜੀ ਵਾਰੀ ਗਈ ਹੈ ਪੱਟੀ ਸਾਹਿਬ, ਪੱਟੀ ਸਾਹਿਬ ਪੁਰਾਣੀ ਜੇ ਰਹਿਤ ਮਰਿਆਦਾ ਤੁਸੀਂ ਕੱਢ ਲਈਏ, ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਧਰਮ ਪ੍ਰਚਾਰ ਕਮੇਟੀ ਵੱਲੋਂ ਛਾਪੀ ਜਾਂਦੀ ਹੈ, ਜੇ ਅੱਜ ਤੋਂ 40-45 ਸਾਲ ਪਹਿਲਾਂ ਵਾਲੀ ਜੇਕਰ ਪੜ੍ਹ ਲਈਏ ਤਾਂ ਬੜਾ ਕੁਝ ਉਹਦੇ ਵਿੱਚ, ਤੇ ਤੁਸੀਂ ਤੇ ਅਰਦਾਸ ਸ਼ੋਧ ਛੱਡੀ ਆ, ਤੁਸੀਂ ਤੇ ਅਰਦਾਸ ਵੀ ਸ਼ੋਧ ਛੱਡੀ ਆ, ਬਾਕੀ ਤੇ ਚਲੋ ਖੈਰ ਆਣੀ ਵੇ ਆਪਾਂ ਵਾਈਂਡ ਅਪ ਕਰ। ਬਿਲਕੁਲ, ਜਿਹੜੀ 1936 ਚ ਅਰਦਾਸ ਦਿੱਤੀ ਸੀ ਕੁਝ ਹੋਰ ਸੀਗੀ, ਉਹਦੇ ਚ ਵਿਛੜੇ ਗੁਰਧਾਮ ਦਾ ਜ਼ਿਕਰ ਨਹੀਂ ਹੈਗਾ ਜੀ, ਪੁੱਠੀਆਂ ਖੱਲਾਂ ਲਵਾਈਆਂ, ਇੱਕ ਸ਼ਬਦ ਦੇ ਨਾਲ ਕੀ ਫਰਕ ਪੈ ਚੱਲਾ ਜੇ ਪੁੱਠੀਆਂ ਖੱਲਾਂ ਲਵਾਈਆਂ ਜੀ, ਆਪਾਂ ਸੁਣਦੇ ਰਹੇ ਹਾਂ ਇਹਨਾਂ ਕੰਨਾਂ ਦੇ ਵਿੱਚ ਸੁਣਦੇ ਰਹੇ ਹਾਂ, ਕੰਨਾਂ ਦੇ ਪੁੱਠੀਆਂ ਖੱਲਾਂ ਲਵਾਈ, ਕਿੰਨੀ ਉਹਦੇ ਚ ਸਿਰੜਤ ਮਿਲਦੀ ਆ ਕਿ ਪੁੱਠੀ ਖੱਲ ਵੀ ਵਾਲੀ ਧਰਮ ਨਹੀਂ ਛੱਡਿਆ ਜੀ ਜੀ ਜੀ, ਤੇ ਇੱਕ ਅਰਦਾਸੀਏ ਨੂੰ ਤੁਸੀਂ ਮਾਫ ਕਰਨਾ ਸਾਰੇ ਨਹੀਂ, ਤੁਸੀਂ ਫੜਾ ਦੋ ਆ $100 ਤੇ ਉਹਨਾਂ 15 ਮਿੰਟ ਤੁਹਾਡੇ ਖਾਨਦਾਨ ਨੂੰ ਜਿਹੜਾ ਵਾ ਉਹਦੀ ਸਿਫਤਾਂ ਕਰੀ ਜਾਣੀ ਆ। ਬਿਲਕੁਲ ਠੀਕ ਗੱਲ, ਬਿਲਕੁਲ ਠੀਕ ਗੱਲ, ਮਾਫ ਕਰਨਾ ਸਾਰੇ ਨਹੀਂ। ਅੱਛਾ ਚਲੋ ਆਖਰੀ ਆ, ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਵੱਲ ਉਂਗਲ ਚੁੱਕੀ ਹੈ ਕਿ ਜੇ ਤਾਂ ਆਪਣੇ ਆਪ ਲਾਂਭੇ ਹੋ ਜਾਊਗਾ ਠੀਕ ਆ, ਨਹੀਂ ਤੇ ਫਿਰ ਸੁਖਬੀਰ ਸਿੰਘ ਜੇਕਰ ਪੰਥ ਭਾਵਨਾਵਾਂ ਦੀ ਕਦਰ ਕਰਦੇ ਆ ਪ੍ਰਧਾਨਗੀ ਨਾ ਛੱਡੀ ਤਾਂ ਲੋਕ ਧੂ ਕੇ ਲਾਉਣਾ ਜਾਣਦੇ ਨੇ, ਇਹ ਬਚਨ ਕਿਹਦੇ ਨੇ, ਬੜੇ ਸਖਤ ਨੇ ਇਹ, ਸੁੱਚਾ ਸਿੰਘ ਛੋਟੇਪੁਰ ਦੇ ਸੱਭੇ ਨੇ, ਉਹ ਕਹਿੰਦੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਇਹ ਭਾਊ ਵੀ ਬੋਲ ਸਕਦਾ ਇਹੋ ਜਿਹੇ ਸ਼ਬਦ? ਬਿਲਕੁਲ, ਉਹ ਕਹਿੰਦੇ ਕਿ ਸਿੱਖੀ ਜਿਹੜੀ ਆ ਬਕਾਇਦਾ ਤੌਰ ਤੇ ਲੌਂਗੋਵਾਲ ਕੁੱਟ ਕੁੱਟ ਕੇ ਭਰੀ ਹੋਈ ਸੀ, ਗੱਲ ਸਿੱਖੀ ਵੀ ਕਰਦੇ ਸੀ ਤੇ ਸੰਤ ਲੌਂਗੋਵਾਲ ਤੇ ਬਕਾਇਦਾ ਤੌਰ ਤੇ ਜਿਹੜੇ ਚੌੜਾ ਸਾਹਿਬ ਸੀਗੇ, ਜਦੋਂ ਬਿਆਨ ਦਿੰਦੇ ਸੀ ਕੇਂਦਰ ਹਿਲਦਾ ਹੁੰਦਾ ਸੀ ਕਿ ਬਿਆਨ ਪੀਣ ਦਾ ਆਇਆ। ਉਹ ਕਹਿੰਦੇ 2015 ਤੋਂ ਬਾਅਦ ਜੋ ਮੋਰਚੇ ਲੱਗਦੇ, ਮੋਰਚੇ ਲੱਗਾ ਵੀ ਤੁਸੀਂ ਵਿਖਾ ਦਿਓ, ਕੋਈ ਮੋਰਚਾ ਲਾਇਆ, ਤੁਸੀਂ ਕਹਿੰਦੇ ਵੀ ਸਾਡੇ ਤੋਂ ਵੱਡਾ ਕੋਈ ਅੱਜ ਤੱਕ ਗੁਰਸਿੱਖ ਨੀ ਹੈਗਾ, ਕੋਈ ਖਾਲਸਾ ਨੀ ਹੈਗਾ, ਸਭ ਸ਼੍ਰੋਮਣੀ ਕੁਲ ਸਾਡਾ ਹੀ ਹੈਗਾ, ਤੁਸੀਂ ਤੇ ਬੇੜਾ ਗਰਵ ਕੀਤਾ ਬਕਾਇਦਾ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦਾ। ਉਹ ਕਹਿੰਦੇ ਜਿੱਥੇ ਤੱਕ ਜਿਹੜੀ ਐਸ ਸੀ ਪੀ ਦਾ ਪ੍ਰਧਾਨ
ਉਹ ਪ੍ਰਧਾਨ ਸੀਗਾ ਚੋੜਾ ਸਾਹਿਬ, ਜਦੋਂ ਕਿਤੇ ਇੱਥੇ ਉਹ ਐਸ ਡੀ ਸੀ ਦਾ ਆਉਂਦਾ ਸੀ, ਐਸ ਪੀ ਆਉਂਦਾ ਸੀ, ਆਈ ਜੀ ਆਉਂਦਾ ਸੀ, ਬਕਾਇਦਾ ਤੋਂ ਦੇ ਕੇ ਜਾਂਦਾ ਸੀ ਪ੍ਰਧਾਨ ਜੀ ਮੈਂ ਇੱਥੇ ਫਲਾਣਾ ਅਫਸਰ ਲੱਗ ਗਿਆ, ਕੋਈ ਕੰਮ ਹੋਇਆ ਦੱਸੋ। ਅੱਜ ਕਹਿੰਦਾ ਬੰਦੀ ਸਿੰਘਾਂ ਵਾਸਤੇ 26 ਲੱਖ ਤੇ ਤੁਸੀਂ ਬਕਾਇਦ ਤੇ ਪਾਣੀ ਚੁੱਕ ਕੇ ਸਿਰ ਤੇ ਕਾਗਜ਼ ਲਈ ਫਿਰਦੇ ਹੋ, ਤੁਹਾਡੀ ਗੱਲ ਸੁਣ ਵਾਸਤੇ ਤਿਆਰ ਕੋਈ ਨੀ ਹੈਗਾ, ਕਿਉਂ ਕਰਦਾਰ ਗਿੜਿਆ? ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸਾਨੂੰ ਇਹ ਦੱਸ ਦਿਓ, ਇਹ ਕਰਦਾਰ 2015 ਤੋਂ ਬਾਅਦ ਗਿਰਿਆ, ਕਦੀ ਤੁਸੀਂ ਮਾਫ਼ੀ ਦੇ ਦਿੱਤੀ, ਕਦੀ ਤੁਸੀਂ ਉਹਨੂੰ ਰਜਿਸਟਰ 90 ਲੱਖ ਦੇ ਬਰਬਾਦ ਕਰਤੇ, ਕਦੀ ਤੁਸੀਂ ਮਾਫ਼ੀ ਰੱਦ ਕਰ ਦਿੱਤੀ, ਇਹ ਕੌਣ ਕਰਦਾ ਰਿਹਾ? ਉਹ ਕਹਿੰਦਾ ਤੁਹਾਡਾ ਅਕਾਲੀ ਦਲ, ਉਹ ਕਹਿੰਦੇ ਹੁੰਦੇ ਨੇ ਮਾਵਾਂ ਧੀਆਂ ਗਾਉਣ ਵਾਲੀਆਂ ਤੇ ਪਿਓ ਪੁੱਤ ਜਾਣ ਜੀ, ਤੁਹਾਡਾ ਅਕਾਲੀ ਦਲ ਇਹ ਰਹਿ ਗਿਆ, ਇੱਕ ਨਨਾਣ ਭਰਜਾਈ ਰਹਿ ਗਈ ਆ ਤੇ ਇੱਕ ਸਾਲਾ ਭਰਜਾਈ ਰਹਿ ਗਿਆ, ਜਿਹੜੇ ਬਾਕੀ ਤੁਹਾਡੇ ਘੇਰੇ ਘੇਰੇ ਤੁਰੇ ਫਿਰਦੇ ਵੀ ਤੁਹਾਡੇ ਨਾਲ ਨੀ ਹੈਗੇ, ਮੱਤ ਸਮਝੋ ਤੁਹਾਡੇ ਨਾਲ ਹੈਗੇ। ਇਸ ਕਰਕੇ ਜੇ ਸਾਡਾ ਕਹਿੰਦਾ ਬਕਾਇਦਾ ਤੌਰ ਤੇ ਮਾਨਯੋਗ ਆਂਦੇ ਵੀ ਬੀਬੀ ਜਗੀਰ ਕੌਰ ਨੇ ਜੇਲ੍ਹ ਕੱਟੀ ਆ, ਢੀਂਡਸਾ ਸਾਹਿਬ ਨੇ ਜੇਲ੍ਹ ਕੱਟੀ ਆ, ਚੰਦੂ ਮਾਜਰਾ ਜੇਲ੍ਹ ਕੱਟੀ ਆ, ਕਿਹਨੇ ਜੇਲ੍ਹ ਨੀ ਕੱਟੀ? ਸਾਡੇ ਮੈਂ ਜੇਲ੍ਹ ਕੱਟੀ ਕਹਿੰਦਾ, ਤੁਹਾਡੀ ਜਿਹੜਾ ਕਹਿੰਦਾ ਬਿਕਰਮ ਮਜੀਠੀਆ ਉਹਦੀ ਕੀ ਕੁਰਬਾਨੀ ਹੈ ਜੀ? ਸਿਰਫ ਬਾਦਲ ਪਰਿਵਾਰ ਦੀ ਰਿਸ਼ਤੇਦਾਰੀ, ਹੁਣ ਤਾਂ ਕੁਰਬਾਨੀ ਤਾਂ ਵੱਡੀ ਕੋਈ ਨੀ ਹੈਗੀ। ਇਸ ਕਰਕੇ ਤੁਸੀਂ ਜੇ ਨਾ ਅਕਾਲੀ ਦਲ ਦਾ ਜਿਹੜਾ ਵਾ ਅਕਾਲੀ ਦਲ ਦਾ ਉਹ ਅਕਾਲ ਤਖ਼ਤ ਦਾ ਸਮਰਪਿਤ ਹੋਵੇ, ਜਿਹੜਾ ਸੁੱਧਾ ਸਾਹਿਬ ਨੂੰ ਸਮਰਪਿਤ ਉਹ ਅਕਾਲੀ ਦਲ ਨਹੀਂ। ਇਸ ਕਰਕੇ ਤੁਹਾਨੂੰ ਜੇ ਤਾਂ ਤੁਸੀਂ ਬੰਦਿਆਂ ਨੂੰ ਆਪਣਾ ਅਸਤੀਫਾ ਦੇ ਦੋਗੇ ਠੀਕ ਆ, ਨਹੀਂ ਤੇ ਲੋਕ ਧੂਕੇ ਲਾਉਣਾ ਵੀ ਜਾਣਦੇ। ਵੇਖ ਲਓ ਕਿੰਨੀ ਵੱਡੀ ਗੱਲ ਆ, ਉਹਨਾਂ ਨੇ ਕਿਹਾ ਕਿ ਲੌਂਗੋਵਾਲ ਸਾਹਿਬ ਧਾਰਮਿਕ ਪੰਥਕ ਸਨ ਤੇ ਕਹਿਣ ਵਾਲੇ ਨੇ, ਉਹਨਾਂ ਨੂੰ ਵੀ ਇਹਨਾਂ ਤਿੰਨਾਂ ਨੂੰ ਡੋਗਰੇ ਬਣਾ ਦਿੱਤਾ ਸੀ, ਤਿੰਨ ਡੋਗਰੇ। ਹਾਂਜੀ ਜਾ ਸਮਝੌਤਾ ਕਰਿਆ, ਯਾਦ ਹੈ? ਬਿਲਕੁਲ, ਸਮੇਂ ਦੀ ਲਹਿਰ ਆ ਜੀ। ਹੁਣ ਉਹਨੂੰ ਕਹਿੰਦੇ ਆ ਜੀ ਇਹ ਪੰਥਕ ਨੇ, ਧਾਰਮਿਕ ਨੇ ਤੇ ਮਾਰਨ ਵਾਲਾ ਵੀ ਸਿੱਖ ਹੀ ਸੀਗਾ। ਕੋਈ ਕਹਿੰਦੇ ਸੰਤ ਨਾ ਕਹੋ ਉਹਨੂੰ, ਕੋਈ ਕਹਿੰਦੇ ਗਦਾਰ ਕਹੋ, ਕਹਿਣ ਵਾਲੇ ਗਦਾਰ ਕਹਿ ਜਾਂਦੇ, ਕਹਿਣ ਵਾਲੇ ਸੰਤ ਵੀ ਕਹਿ ਜਾਂਦੇ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਕੱਲ ਮਿਲਦੇ ਆ। ਇਹ ਸਨ ਜੀ ਭਾਊ ਸਰਦਾਰ ਜਸਵੀਰ ਸਿੰਘ ਜੀ ਪੱਟੀ, ਸੀਜਮਾਰ 1320 ਮੀਟਰ ਬੈਂਡ ਰੇਡੀਓ ਪ੍ਰੋਗਰਾਮ ਅਗਲਾ ਪੰਜਾਬ। ਛੋਟੀ ਜੀ ਬ੍ਰੇਕ ਤੋਂ ਬਾਅਦ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਿੰਦੀ ਸਮਾਚਾਰ ਪੇਸ਼ ਕਰਾਂਗੇ। ਪ੍ਰੋਗਰਾਮ ਨੂੰ ਸੁਣ ਲਈ ਬਹੁਤ ਬਹੁਤ ਸ਼ੁਕਰੀਆ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।